ਦੁਨੀ ਦੂਨੀ ਦੋ ਦੁਨੀ ਚਾਰ ਬਾਬੇ ਦੀ ਹੋ ਗਈ ਜੈ ਜੈਕਾਰ ਮੁੰਡਿਆਂ ਨੇ ਪੰਤੀ ਬਾਬੇ ਦੀ ਓਡੀ ਕਾਰ ਓਡੀ ਕਾਰ ਇੱਕ ਦੁਨੀ ਦੂਨੀ ਦੋ ਦੁਨੀ ਚਾਰ ਇੱਕ ਦੁਨੀ ਦੂਨੀ ਦੋ ਦੁਨੀ ਚਾਰ ਇੱਕ ਦੁਨੀ ਦੂਨੀ ਦੋ ਦੁਨੀ ਚਾਰ ਇਨਸਾਨੀਅਤ ਗਈ ਪਰਲੇ ਪਾਰ ਇਨਸਾਨੀਅਤ ਗਈ ਪਰਲੇ ਪਾਰ ਬਾਬਾ ਕਰੀ ਜਾਂਦਾ ਕੁੜੀਆਂ ਦਾ ਵਪਾਰ ਸਿਸਟਮ ਦਾ ਹੋ ਗਿਆ ਬੁਰਾ ਹਾਲ ਸਿਸਟਮ ਦਾ ਹੋ ਗਿਆ ਬੁਰਾ ਹਾਲ ਕੁਛ ਤਾਂ ਕਰੋ ਸੋਚ ਵਿਚਾਰ ਇਸ ਦਾ ਲੁੱਟੀਆਂ ਨੇ ਸੜਕਾਂ ਦੇ ਵਿਚਕਾਰ ਕੁਛ ਤਾਂ ਕਰੋ ਇਸ ਬਾਰੇ ਸੋਚ ਵਿਚਾਰ ਗੁੱਸਾ ਕਰੋ ਇਸ ਬਾਰੇ ਸੋਚ ਵਿਚਾਰ ਰੋਕ ਲੋ ਧੀਆਂ ਦਾ ਵਪਾਰ ਚਾਰੇ ਪਾਸੇ ਮਾਰੋ ਮਾਰ ਚਾਰੇ ਪਾਸੇ ਮਾਰੋ ਮਾਰ ਚਾਰੇ ਪਾਸੇ ਮਾਰੋ ਮਾਰ ਚਾਰੇ ਪਾਸੇ ਮਾਰੋ ਮਾਰ ਇੱਕ ਦੂਣੀ ਦੂਣੀ ਦੋ ਦੂਣੀ ਚਾਰ ਕੀ ਆ ਫਰਕ ਤੇਰੇ ਮੇਰੇ ਵਿਚਕਾਰ ਕੀ ਆ ਫਰਕ ਤੇਰੇ ਮੇਰੇ ਵਿਚਕਾਰ ਛੱਡ ਲੜਾਈ ਸੁੱਟ ਹਥਿਆਰ ਆਜਾ ਆਪਾਂ ਸਾਰੇ ਰਲ ਕੇ ਕਰੀਏ ਪਿਆਰ ਸਾਰੇ ਰਲ ਕੇ ਕਰੀਏ ਪਿਆਰ ਦਿਨਾਂ ਤੋਂ ਪੂਰੇ ਪੰਜਾਬ ਵਿੱਚ ਧਰਨੇ ਪ੍ਰਦਰਸ਼ਨ ਤੋੜਫੋੜ ਤੇ ਹੋਰ ਕਈ ਅਣਸੁਖਾਵੀਂ ਘਟਨਾਵਾਂ ਦਾ ਦੌਰ ਗੁਜ਼ਰਿਆ ਹੈ। ਇਸ ਸਭ ਘਟਨਾ ਚੱਕਰ ਦੇ ਪਿੱਛੇ ਨੇ ਯੂਨੀਵਰਸਿਟੀ ਵਿੱਚ ਪੜ੍ਹਨ ਵਾਲੇ ਤਿੰਨ ਭਟਕੇ ਹੋਏ ਨੌਜਵਾਨ ਕੌਣ ਨੇ ਇਹ ਨੌਜਵਾਨ ਤੇ ਆਖਿਰ ਕੀ ਚਾਹੁੰਦੇ ਨੇ ਇਸ ਬਾਰੇ ਗੱਲ ਕਰਨ ਲਈ ਸਾਡੇ ਨਾਲ ਮੌਜੂਦ ਨੇ ਇਨ੍ਹਾਂ ਨੌਜਵਾਨਾਂ ਦੀ ਇੱਕ ਨਜ਼ਦੀਕੀ ਦੋਸਤ ਕਿਰਤ ਜੈ ਸਿੰਘ ਬਰਾੜ। ਕਿਰਤ, ਕੌਣ ਨੇ ਇਹ ਨੌਜਵਾਨ ਤੇ ਆਖਿਰ ਕੀ ਚਾਹੁੰਦੇ ਨੇ? ਜਦ ਤੁਸੀਂ ਉਹਨਾਂ ਤਿੰਨਾਂ ਨੂੰ ਸਿਰ ਫਿਰੇ ਤੇ ਭਟਕੇ ਹੋਏ ਸਾਬਿਤ ਕਰ ਹੀ ਦਿੱਤਾ ਹੈ ਤੇ ਫਿਰ ਮੈਂ ਕੀ ਕਹਾਂ? ਉਹ ਕਹਿੰਦੇ ਨੇ ਨਾ, ਗੁੰਮਰਾਹ ਤੇ ਉਹ ਹੁੰਦੇ ਨੇ ਜੋ ਕਦੀ ਘਰ ਤੋਂ ਨਿਕਲੇ ਹੀ ਨਹੀਂ। ਭਟਕੇ ਹੋਇਆਂ ਨੂੰ ਤਾਂ ਮੰਜ਼ਿਲ ਮਿਲ ਹੀ ਜਾਂਦੀ ਹੈ। ਜਿੰਦਲ ਸਾਹਿਬ, ਕੱਲ੍ਹ ਜੋ ਕੈਂਪਸ ਵਿੱਚ ਝਗੜਾ ਹੋਇਆ ਉਸਦਾ ਕਾਰਨ ਕੀ ਹੈ ਤੇ ਉਸ 'ਚ ਕੌਣ ਕੌਣ ਇਨਵੋਲਵ ਨੇ? ਸਰ, ਉਹੀ ਗਰੁੱਪ ਬਾਜੀ ਮੁੰਡਿਆਂ ਦੀ। ਇੱਕ ਪਾਸੇ ਮਿਨਿਸਟਰ ਰਾਣਾ ਦੇ ਬੇਟੇ ਕੁੰਵਰ ਸਿੰਘ ਰਾਣਾ ਦਾ ਯੂਐਸਓ ਗਰੁੱਪ ਤੇ ਦੂਜੇ ਪਾਸੇ YPP ਯਾਨੀ ਯੂਥ ਪੰਜਾਬੀ ਪਾਰਟੀ। ਯੂਥ ਪੰਜਾਬੀ ਪਾਰਟੀ, ਆਖਰ ਇਹ ਲੋਕ ਹੈ ਕੌਣ? ਜਿੱਧਰ ਦੇਖੋ ਇਹਨਾਂ ਦੇ ਪੋਸਟਰ, ਜਿੱਧਰ ਦੇਖੋ ਇਹਨਾਂ ਦੇ ਬੈਨਰ, ਚਾਰੇ ਪਾਸੇ ਇਹਨਾਂ ਦਾ ਚਰਚਾ। ਸਰ, ਇਹਨਾਂ ਨੇ ਚੰਗਾ ਹੋਲਡ ਬਣਾਇਆ ਹੋਇਆ ਹੈ। ਇਹਨਾਂ ਵਿੱਚੋਂ ਤਿੰਨ ਮੇਨ ਨੇ, ਜਿਨ੍ਹਾਂ ਵਿੱਚੋਂ ਪਹਿਲਾ ਹੈਗਾ ਦੀਪ, IT ਡਿਪਾਰਟਮੈਂਟ ਦਾ ਦੀਪ ਸਿੰਘ ਢਿੱਲੋਂ। ਸਰ, ਕੰਪਿਊਟਰ ਦਾ ਕੀੜਾ ਉਹ ਸੰਦਰ, ਕੰਪਿਊਟਰ ਦਾ ਅਜਿਹਾ ਕੋਈ ਵੀ ਸੋਫਟਵੇਅਰ ਜਾਂ ਹਾਰਡਵੇਅਰ ਨਹੀਂ ਜਿਹੜਾ ਉਸਦੇ ਹੱਥਾਂ ਵਿੱਚੋਂ ਨਾ ਨਿਕਲਿਆ ਹੋਵੇ। ਸਰ, ਤੁਸੀਂ ਕਹਿ ਸਕਦੇ ਹੋ ਕੰਪਿਊਟਰ ਤੋਂ ਅਲਾਦੀਨ ਦੇ ਚਿਰਾਗ ਦਾ ਕੰਮ ਲੈ ਸਕਦਾ। ਤੇ ਦੂਸਰਾ, ਪਿਛਲੇ 8-10 ਸਾਲਾਂ ਤੋਂ ਯੂਨੀਵਰਸਿਟੀ ਦਾ ਪੱਕਾ ਸਟੂਡੈਂਟ ਜੌਲੀ, ਤੇ ਕੁੜੀਆਂ ਪਿੱਛੇ ਭੱਜਣਾ ਤੇ ਉਹਨਾਂ ਨੂੰ ਫਸਾਉਣ ਦੀ ਟਰਾਈ ਕਰਨਾ ਉਹ ਆਪਣਾ ਪਦੇਸ਼ੀ ਹੱਕ ਸਮਝਦਾ, ਪਰ ਕਦੇ ਕਦੇ ਕੁੜੀਆਂ ਉਹਦੇ ਪਿੱਛੇ ਵੀ ਭੱਜਦੀਆਂ ਨੇ। ਫਰੈਸ਼ ਫਰੈਸ਼ ਬੰਦੇ ਨੂੰ ਕਰ ਗਈ ਵਿਆਹ, ਮੇਰੇ ਪ੍ਰਪੋਜ਼ ਤੇ ਇੱਕ ਵਾਰ ਫੇਰ ਵਿਚਾਰ ਕਰ ਲਈ ਨੇਹਾ। ਤੇ ਤੀਸਰਾ,
यूनिवर्सिटी विचों रेस्टिगेट होके यूनिवर्सिटी विच ही लीडरी करने वाला गैरी जिसनू उदे यार जीडी कहंदे ने ये ज्यादातर चुप ही रहिंदा है जे बोलदा है तां सिर्फ इहदा मुक्का Increasing in Punjab. Who is doing it? I'm doing it. Blame for the degree. Mavic. These are people of the system. Rock. Write your opinions about this never-ending issue. What's your class book? Silence! Silence! You are here. Come on. What did you say? ओए की चल रहा है अच्छा चमकीला चल रहा सी सी साइलेंस या तू बड़ा ढीठ है मैं तेरे नाल पढ़दा होया इस यूनिवर्सिटी चो प्रोफेसर बन गया ते तू इत्थे दा इत्थे फिरदा ओ भाई जी सॉरी सर सर ओ वैसे मेरी प्लानिंग दा बहुत लंबी है जी हो सकदा कल नूं थोड़ा मुंडा इत्थे पढ़ाउंदा होवे ते मैं इस बेंच ते बह के फेर चमकीला सुणदा होवां ਸਰ ਜੀ ਗੁੱਸੇ ਕਿਉਂ ਹੁੰਦੇ ਹੋ ਤੂੰ ਨਹੀਂ ਸੁਧਰਨਾ ਇੱਕ ਦਾ ਗੀਤ ਪਹਿਲੇ ਲਲਕਾਰੇ ਨਾਲ ਮੈਂ ਡਰ ਗਈ ਦੂਜੇ ਲਲਕਾਰੇ ਨਾਲ ਅੰਦਰ ਵੜ ਗਈ ਤੀਜੇ ਲਲਕਾਰੇ ਨਾਲ ਨਾ ਮੇਰਾ ਲੈ ਕੇ ਪੱਟੂ ਆਣ ਕੇ ਤਰਾਂ ਦੇ ਵਿੱਚ ਵੱਜਿਆ ਹਾਰੀ ਪੱਟੂ ਫਿਰਦਾ ਤੁਰਾ ਫਿਰਦਾ ਸ਼ਰਾਬ ਨਾਲ ਰੱਜਿਆ ਹਾਰੀ ਪੱਟੂ ਫਿਰਦਾ ਤੁਰਾ ਤੂੰ ਕਿਉਂ ਹੱਸੀ ਜਾਂਦਾ ਓਏ ਐਂ ਤਾਂ ਬੰਦਾ ਤਾਂ ਹੀ ਹੱਸ ਸਕਦਾ ਜਹਾਂ ਤਾਂ ਉਹ ਨਵਜੋਤ ਸਿੱਧੂ ਹੋਵੇ ਜਾਂ ਫਿਰ ਸਾਹਮਣੇ ਵਾਲਾ ਬੰਦਾ ਫੁੱਦੂ ਹੋਵੇ ਕਿਉਂ ਹੱਸਦੇ ਹੋ ਚੌਧਰੀ ਸਾਹਿਬ ਤੇਰਾ ਕੱਪ ਚਾਹ ਭੇਜਿਓ ਨਹੀਂ ਤਾਂ ਇਹਨਾਂ ਕੰਜਰਾਂ ਨੇ ਮੇਰਾ ਖੂਨ ਪੀ ਜਾਣਾ ਤੇਰਾ ਕੱਪ ਕਿਹਦੇ ਲਈ ਤੈਨੂੰ ਆਪਣੇ ਲਈ ਦਸਾ ਕੱਲਾ ਪੀ ਲਾਓ ਹੱਥ ਮਾਰ ਲਾ ਫਿਰ ਕਹਿੰਗਾ ਮੇਰੀ ਸਹੇਲੀ ਨੂੰ ਹੱਥ ਲਾ ਲਿਆ ਤੂੰ ਵਿੱਚ ਵਿਚੋਲਾ ਰੱਖਿਆ ਉਹ ਤੇਰਾ ਨਹੀਂ ਬਾਰਾ ਕਰੋ ਆਈ ਗੋਟ ਅ ਗੋ ਯੂ ਗਾਇਸ ਕੈਰੀ ਔਨ ਤੂੰ ਕਿੱਥੇ ਚੱਲੀ ਉਹ ਮੇਰੀ ਫਰੈਂਡ ਆ ਰਹੀ ਕੈਨੇਡਾ ਤੋਂ ਮੈਂ ਉਹਨੂੰ ਪਿਕ ਕਰਨ ਜਾਣਾ ਹੈ ਕਿੱਥੋਂ ਆ ਰਹੀ ਹੈ ਕੈਨੇਡਾ ਤੋਂ ਕਿਹੋ ਜੀ ਹੈ ਹਾਏ ਐਨੀ ਸੋਹਣੀ ਐਨੀ ਬਿਊਟੀਫੁਲ ਇੱਕਦਮ ਪਰੀ ਵਰਗੀ ਹੋਰ ਜਦ ਤੂੰ ਉਹਨੂੰ ਵੇਖੇਗਾ ਨਾ ਤਾਂ ਬਸ ਵੇਖਦਾ ਹੀ ਰਹਿ ਜਾਏਗਾ ਯਾਰ ਐਡੀ ਗੱਲ ਹੋ ਗਈ ਸਾਨੂੰ ਅੱਜ ਪਤਾ ਲੱਗਿਆ ਹਰ ਕੁੜੀ ਆਪਣੀ ਇੱਜ਼ਤ ਬਾਰੇ ਸੋਚਦੀ ਹੈ ਯਾਰ ਹੋ ਸਕਦਾ ਤਾਂ ਨਾ ਦੱਸਿਆ ਹੋਵੇ ਉਹ ਸ਼ੱਕ ਤਾਂ ਜਿੰਦਲ ਤੇ ਪਹਿਲਾਂ ਹੀ ਸੀ ਪਰ ਅਸਲੀ ਗੱਲ ਸਾਹਮਣੇ ਅੱਜ ਆਈ ਹੈ ਜਿੰਦਲ ਨੂੰ ਇੱਥੇ ਰਹਿਣ ਦਾ ਕੋਈ ਹੱਕ ਨਹੀਂ ਯੂਨੀਵਰਸਿਟੀ ਹੈ ਇਹ ਕੋਈ ਰਾਜਨੀਤੀ ਦਾ ਅਖਾੜਾ ਨਹੀਂ ਇਹ ਤੁਸੀਂ ਆਪਣੀ ਪ੍ਰਧਾਨਗੀ ਇਹ ਲੀਡਰਸ਼ਿਪ ਛੱਡ ਕੇ ਆਪਣੀ ਪੜ੍ਹਾਈ ਵੱਲ ਧਿਆਨ ਕਿਉਂ ਨਹੀਂ ਦਿੰਦੇ ਸਰ ਅਸੀਂ ਇੱਥੇ ਕੋਈ ਪ੍ਰਧਾਨਗੀ ਲਈ ਨਹੀਂ ਆਏ ਸਿਰਫ ਇਨਸਾਫ ਮੰਗਣ ਲਈ ਆਏ ਹਾਂ ਤੇਰੇ ਨਾਲ ਕੀ ਨਾ ਇਨਸਾਫੀ ਹੋਈ ਹੈ ਪੂਨਮ ਸਰ ਦਰਦ ਤਾਂ ਇਸ ਕੁੜੀ ਦਾ ਅਸੀਂ ਤਾਂ ਸਾਰੇ ਇਹਦੀ ਆਵਾਜ਼ ਆ ਹਾਂ ਬੀਬਾ ਕੀ ਹੋਇਆ ਤੁਹਾਡੇ ਨਾਲ
ਸਰ ਮੈਂ ਬੀਐਸਸੀ ਥਰਡ ਈਅਰ ਦੀ ਸਟੂਡੈਂਟ ਹਾਂ। ਨੈਕਸਟ ਵੀਕ ਸਾਡੇ ਐਗਜ਼ਾਮ ਸ਼ੁਰੂ ਹੋਣ ਵਾਲੇ ਨੇ। ਪਿਛਲੇ ਹਫ਼ਤੇ ਮੈਨੂੰ ਜਿੰਦਲ ਸਰ ਨੇ ਆਪਣੇ ਆਫਿਸ ਵਿੱਚ ਬੁਲਾਇਆ ਤੇ ਉਹਨਾਂ ਨੇ ਮੈਨੂੰ ਕਿਹਾ ਜੇ ਤੂੰ ਪਾਸ ਹੋਣਾ ਚਾਹੁੰਦੀ ਹੈ ਤਾਂ ਤੈਨੂੰ ਮੇਰੇ ਨਾਲ। ਬਕਵਾਸ ਕਰਦੀ ਹੈ ਸਰ, ਝੂਠ ਬੋਲਦੀ ਹੈ, ਇਹੋ ਜਿਹੀ ਕੋਈ ਗੱਲ ਨਹੀਂ। ਬਲਕਿ ਇਹ ਮੇਰੇ ਕੋਲ ਆਈ ਤੇ ਮੈਨੂੰ ਕਹਿੰਦੀ ਸਰ ਇਸ ਵਾਰ ਮੇਰੇ ਪੇਪਰਾਂ ਦੀ ਤਿਆਰੀ ਨਹੀਂ ਤੇ ਤੁਸੀਂ ਮੈਨੂੰ ਪਾਸ ਕਰ ਦਿਓ ਤੇ ਤੁਸੀਂ ਜੋ ਮਰਜ਼ੀ ਕਰ ਲਿਓ। ਨਹੀਂ ਸਰ, ਇਹ ਝੂਠ ਬੋਲ ਰਹੇ ਨੇ। ਮੈਂ ਇਹਨਾਂ ਨੂੰ ਕੁਝ ਵੀ ਨਹੀਂ ਕਿਹਾ, ਬਲਕਿ ਇਹਨਾਂ ਨੇ ਮੇਰੇ ਨਾਲ ਜ਼ਬਰਦਸਤੀ। ਜਿੰਦਲ, ਤੁਹਾਡਾ ਤਾਂ ਸਰ ਸਾਨੂੰ ਪਤਾ ਨਹੀਂ, ਪਰ ਪੂਨਮ ਦੀ ਸੱਚਾਈ ਤੇ ਸਾਨੂੰ ਸਾਰਿਆਂ ਨੂੰ ਯਕੀਨ ਹੈ। ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਮੇਰੇ ਤੋਂ ਕੀ ਚਾਹੁੰਦੇ ਹੋ। ਇਨਸਾਫ਼! ਨਾਲੇ ਸਾਰਾ ਜਿੰਦਲ ਜੀ ਨੂੰ ਬਾਹਰ ਕੱਢੋ, ਨਹੀਂ ਤਾਂ ਸਾਨੂੰ ਲੜ ਕੇ ਹੱਕ ਲੈਣਾ ਆਉਂਦਾ ਹੈ। ਉਹ ਛੱਡ, ਕਿਉਂ ਲੜਾਈ ਦੀਆਂ ਗੱਲਾਂ ਕਰੀ ਜਾਣਾ? ਹਾਲੇ ਤੱਕ ਪਿਛਲੀ ਲੜਾਈ ਤਾਂ ਪਿੱਠ ਤੇ ਬੋਲੀ ਜਾਂਦੀ ਆ। ਸਾਰੇ ਮੁੰਡੇ ਐਵੇਂ ਹੀਰੋ ਬਣਨ ਦੀ ਕੋਸ਼ਿਸ਼ ਕਰ ਰਹੇ ਨੇ। ਨਾ ਜਿੰਦਲ ਸਾਹਿਬ, ਤੁਸੀਂ ਫਿਕਰ ਕਿਉਂ ਕਰਦੇ ਹੋ? ਟੈਨਸ਼ਨ ਲੈਣ ਦੀ ਲੋੜ ਨਹੀਂ, ਮੈਂ ਤੁਹਾਡੇ ਨਾਲ ਆ ਨਾ। ਨਾ ਗੱਲ ਸੁਣ ਕੁੜੀਏ, ਤੇਰੇ ਕੋਲ ਕੀ ਸਬੂਤ ਹੈ ਕਿ ਇਹਨਾਂ ਨੇ ਤੇਰੇ ਨਾਲ ਕੁਝ ਗਲਤ ਕੀਤਾ? ਹਾਂ ਸਰ, ਕਿਸੇ ਵੀ ਕੁੜੀ ਨੂੰ ਪੁੱਛ ਲਓ ਅੱਜ ਤੱਕ ਜੇ ਮੈਂ ਕਿਸੇ ਨੂੰ ਕੁਝ ਕਿਹਾ ਹੋਵੇ। ਨਾ ਜੇ ਕਿਸੇ ਹੋਰ ਕੁੜੀ ਨੂੰ ਕੋਈ ਸ਼ਿਕਾਇਤ ਆ ਤੇ ਇੱਥੇ ਆਏ। ਹੀ ਇਜ਼ ਰਾਈਟ ਸਰ, ਮਿਸਟਰ ਜਿੰਦਲ ਸੱਚ ਕਹਿ ਰਹੇ ਨੇ। ਬੇਵਕੂਫ ਲੜਕੀ ਦੀ ਗੱਲ ਸੁਣ ਕੇ ਇਹਨਾਂ ਨੂੰ ਕਿਵੇਂ ਕਸੂਰਵਾਰ ਠਹਿਰਾਇਆ ਜਾ ਸਕਦਾ ਹੈ, ਜੋ ਆਪਣੀ ਬਦਨਾਮੀ ਦੀ ਪਰਵਾਹ ਕੀਤੇ ਬਿਨਾਂ ਆਵਾਜ਼ ਉਠਾ ਰਹੀ ਹੈ। ਇਹਨੂੰ ਚੁੱਪ ਰਹਿਣਾ ਚਾਹੀਦਾ ਹੈ, ਜਿਵੇਂ ਤੁਸੀਂ ਸਾਰੇ ਚੁੱਪ ਤੇ ਤੁਹਾਡੇ ਤੋਂ ਪਹਿਲਾਂ ਵਾਲੀਆਂ ਕੁੜੀਆਂ ਚੁੱਪ ਸੀ। ਆਪਾਂ ਵੀ ਚੁੱਪ ਕਰਕੇ ਇੱਥੋਂ ਚੱਲਦੇ ਹਾਂ। ਆਈ ਐਮ ਸੌਰੀ ਸਰ, ਮੈਂ ਇਹਨਾਂ ਸਾਰਿਆਂ ਵੱਲੋਂ ਤੁਹਾਡੇ ਤੋਂ ਮਾਫ਼ੀ ਮੰਗਦੀ ਹਾਂ। ਜਿੰਦਲ ਸਰ ਨੇ ਮੇਰੇ ਨਾਲ ਵੀ ਏਦਾਂ ਹੀ ਕੀਤਾ ਸੀ। ਇਸ ਕਮੀਨੇ ਨੇ ਮੇਰੇ ਨਾਲ ਵੀ ਏਦਾਂ ਹੀ ਕੀਤਾ ਸੀ। ਤੂੰ ਵੀਡੀਓ ਕਾਹਤੋਂ ਬਣਾਈ ਜਾਨਾ? ਜਿੰਦਲ ਦਾ ਜਲੂਸ ਵੀ ਤਾਂ ਕੱਢਣਾ, ਫੇਸਬੁੱਕ ਤੇ ਪਾਵਾਂਗੇ। 2200 ਲਾਈਕ ਤਾਂ ਪੱਟਦੇ ਪਿਆ। ਜਿੰਦਲ ਲੈ ਵੀ, ਜਿੰਦਲ ਦਾ ਮੱਖੂ ਤਾਂ ਟੱਪਿਆ ਗਿਆ। ਬਈ ਆਹ ਬੀਬੀ ਕੌਣ ਸੀ? ਪਤਾ ਕਰਨਾ ਪਊ ਕੌਣ ਸੀ, ਪਰ ਜੋ ਵੀ ਸੀ ਇੰਟਰਸਟਿੰਗ ਸੀ। ਨਾ ਗੱਲ ਸੁਣ, ਇਹੋ ਜਿਹੇ ਚਾਰ ਕੁ ਲੰਗੀੜਾ ਮਗਰ ਲਾ ਕੇ ਸ਼ਰਮਾ ਹਾਏ ਹਾਏ ਵਰਮਾ ਹਾਏ ਹਾਏ, ਇਹੋ ਜਿਹੇ ਨਾਰਿਆਂ ਦੇ ਨਾਲ ਲੀਡਰੀ ਨਹੀਂ ਮਿਲਦੀ। ਲੀਡਰੀ ਤੇ ਪ੍ਰਧਾਨਗੀ ਇੱਥੋਂ ਮਿਲਦੀ, ਇੱਥੋਂ ਦਿਮਾਗ ਤੋਂ, ਤੇ ਮੈਨੂੰ ਨਹੀਂ ਲੱਗਦਾ ਉਹ ਤੇਰੇ ਕੋਲ ਹੈਗਾ। ਚੱਲ ਛੱਡ ਬਾਈ, ਇਹਨਾਂ ਜਵਾਕਾਂ ਦੀਆਂ ਖੇਡਾਂ ਤੋਂ ਅਸੀਂ ਕੀ ਲੈਣਾ? ਜਿਸ ਦਿਨ ਸਾਡੀ ਖੇਡ ਥੱਲੇ ਆਏ ਨਾ, ਫੇਰ ਦੇਖਾਂਗੇ। ਇੱਕ ਤਾਂ ਜਿੰਦਲ ਬਜ਼ਾਰ ਦੇ ਥੱਪੜ ਪੈਂਦੇ ਸੀ, ਦੂਜਾ ਜਨਤਾ ਵੀ ਦੰਦੀਆਂ ਕੱਢੀ ਜਾਂਦੀ ਸੀ। ਤੈਨੂੰ ਬੜੀ ਹਮਦਰਦੀ ਹੈ ਜਿੰਦਲ ਨਾਲ, ਲੱਗਦਾ ਪ੍ਰੀਤੀ ਵਾਲਾ ਕਿਸੇ ਯਾਦ ਆ ਗਿਆ। ਓਏ ਪ੍ਰੀਤੀ ਦਾ ਬਾਲੀ ਚੰਗੀ ਸੀ, ਉਹਨੇ ਤਾਂ ਕੱਲੇ ਦੇ ਬਲਾ ਕੇ ਥੱਪੜ ਮਾਰਿਆ ਸੀ। ਕਮਿਨੀ ਤਾਂ ਨੇਹਾ ਸੀ, ਉਹਨੇ ਸਾਰਿਆਂ 'ਚ ਬਲਾ ਕੇ ਲਾ ਕੇ ਧਲਾਈ ਕੀਤੀ ਸੀ। ਹਸਲਾ ਹਸਲਾ, ਇੱਕ ਦਿਨ ਮੈਂ ਹੱਸੂ ਤੂੰ ਰੋਏਗਾ। ਓਏ ਚੱਲ ਚੱਲ ਛੱਡ, ਜਾ ਪੀਨੇ ਆ। ਥੈਂਕਸ ਦੀ ਕੋਈ ਗੱਲ ਨਹੀਂ, ਇਹ ਆਪਣੀ ਸਭ ਦੀ ਲੜਾਈ ਸੀ, ਪਰ ਇੱਕ ਗੱਲ ਯਾਦ ਰੱਖਿਓ, ਅਗਰ ਅੱਗੇ ਤੋਂ ਕੁਝ ਐਜਾ ਹੋਵੇ ਨਾ, ਚੁੱਪ ਨਾ ਰਿਓ, ਮਿਲ ਕੇ ਲੜਿਓ, ਕਿਉਂਕਿ ਚੁੱਪ ਰਹਿਣ ਨਾਲ ਸਾਹਮਣੇ ਵਾਲੇ ਨੂੰ ਹੌਸਲਾ ਮਿਲਦਾ ਹੈ। ਸਿੱਧੂ ਸੁਣਾ ਯਾਰ ਕੋਈ ਗੱਲਬਾਤ। ਬਾਈ ਮੈਂ ਤਾਂ ਯੋਗਰਾਜ ਦੀ ਐਕਟਿੰਗ ਕਰਕੇ ਦਿਖਾ ਸਕਦਾ। ਉਹ ਤੂੰ ਕੀ ਯੋਗਰਾਜ ਦੀ ਐਕਟਿੰਗ ਕਰੇਗਾ? ਯੋਗਰਾਜ ਦੀ ਐਕਟਿੰਗ ਤਾਂ ਆਪਣੇ ਕੈਂਪਸ 'ਚ ਕਰਦਾ ਬੰਦਾ। ਆਪਣੇ ਕੈਂਪਸ 'ਚ? ਹਾਂ। ਕੌਣ ਹੈ ਬਾਈ? ਉਹ ਰਾਣਾ ਯਾਰ। ਰਾਣਾ? ਦਿਖਾਵਾਂ ਕਰਕੇ। ਲੈਫਟ। ਓਏ ਚਾਰ ਲਗੀੜਾ ਪਿੱਛੇ ਲਾ ਕੇ ਕੋਈ ਲੀਡਰ ਨਹੀਂ ਬਣ ਜਾਂਦਾ। ਓਏ ਸ਼ਰਮਾ ਹਾਏ ਹਾਏ, ਵਰਮਾ ਹਾਏ ਹਾਏ, ਸ਼ਰਮਾ ਹਾਏ ਹਾਏ। ਨਾ ਤੂੰ ਮੇਰੇ ਬਾਈ ਦੀ ਨਕਲ ਨਾ ਓਏ ਸਾਲਿਆ, ਗੱਲ ਨੂੰ ਤੇਰੀ। ਓਏ ਤੂੰ ਤੇ ਆਂਦੀ ਖੜਾ ਕਾ ਕਰਤਾ। ਚਲੋ ਠੀਕ ਹੈ ਦੀਦੀ, ਅਸੀਂ ਚੱਲਦੇ ਹਾਂ। ਓਕੇ, ਲੈ ਫੜ ਕੈਮਰਾ ਆਪਣਾ, ਗੱਡੀ 'ਚ ਭੁੱਲ ਗਈ ਤੇ ਤੂੰ ਚੱਲ, ਮੈਂ ਤੈਨੂੰ ਆਪਣੇ ਫਰੈਂਡਸ ਨਾਲ ਮਿਲਾਵਾਂ। ਬਾਈ ਬੰਦੇ ਆਪਾਂ ਬਹੁਤ ਵਾਰੀ ਕੁੱਟੇ ਆ, ਟੈਨਾ ਸਰ ਪਹਿਲੀ ਵਾਰੀ ਕੁੱਟਣਾ, ਇੱਕ ਤਾਂ ਬਣਦਾ ਯਾਰ ਮੇਰਾ। ਓਏ ਗੁੰਡਾ ਕਰਦੀ, ਚਲੋ ਓਏ। ਤੁਹਾਡੀਆਂ ਬਹੁਤ ਸ਼ਿਕਾਇਤਾਂ ਆ ਰਹੀਆਂ, ਸੁਧਰ ਜਾਓ, ਸੁਧਰ ਨਹੀਂ ਤਾਂ। ਸੌਰੀ ਸਰ।
ਇਹ ਕੌਣ ਨੇ? ਇਹ ਮੇਰੇ ਫਰੈਂਡਸ ਨੇ। ਹਾਏ। ਹੋ ਹਾਏ। ਉਹ ਆ ਤਾਂ ਉਹੀ ਹੈ। ਇੰਟਰਸਟਿੰਗ ਗੱਲ। ਓਏ ਹੋ ਗਿਆ ਸ਼ੁਰੂ। ਹੁਣ ਇਹ ਤੇ ਨਾ ਟਰਾਈ ਮਾਰ ਲੱਗ ਜੀ। ਬਾਕੀ ਦੀਆਂ ਗੱਲਾਂ ਛੱਡੋ, ਦਿਲ ਸਾਫ਼ ਹੋਣਾ ਚਾਹੀਦਾ। ਓਏ ਅੱਜ ਕੱਲ ਮੁੰਡੇ ਕੁੜੀਆਂ ਨੂੰ ਸਭ ਮਾਫ਼ ਹੋ ਗਿਆ ਜੀ। ਮੈਨੂੰ ਇੱਕ ਗੱਲ ਸਮਝ ਨਹੀਂ ਆਈ। ਇੱਕ ਪਾਸੇ ਤੁਸੀਂ ਪੂਨਮ ਦੇ ਹੱਕ ਵਾਸਤੇ ਲੜ ਰਹੇ ਸੀ ਤੇ ਦੂਜੇ ਪਾਸੇ ਤੁਸੀਂ ਗੁੰਡਾਗਰਦੀ ਕਰ ਰਹੇ ਹੋ। ਆਖਿਰ ਤੁਸੀਂ ਆਪਣੀ ਲਾਈਫ ਤੋਂ ਚਾਹੁੰਦੇ ਕੀ ਹੋ? ਹਮੇਸ਼ਾ ਅੱਖੀ ਦੇਖੀ ਗੱਲ ਸੱਚ ਨਹੀਂ ਹੁੰਦੀ ਮੈਡਮ। ਬੜਾ ਐਟੀਟਿਊਡ ਹੈ ਇਹਦੇ ਵਿੱਚ। ਹੈ ਕੌਣ ਇਹ? ਹੀ ਇਜ਼ ਜੀਡੀ, ਆ ਯੂਥ ਲੀਡਰ। ਥੋੜਾ ਗੁੱਸੇ ਵਾਲਾ ਹੈ ਪਰ ਦਿਲ ਦਾ ਅੱਛਾ ਹੈ। ਆ ਤੁਹਾਨੂੰ ਕਦੇ ਪਹਿਲਾਂ ਨਹੀਂ ਦੇਖਿਆ ਕੈਂਪਸ 'ਚ ਜੀ? ਅਰੇ ਵੇਖੋਗੇ ਵੀ ਕਿਵੇਂ। ਜੀ ਸਿਮਰਨ, ਮਾਈ ਫੇਸਬੁੱਕ ਫਰੈਂਡ ਫਰਮ ਕੈਨੇਡਾ, ਆਈ ਟੋਲਡ ਯੂ ਰਾਈਟ। ਓ ਤਾਹੀਂ ਤਾਹੀਂ ਹੋ ਗਿਆ ਸ਼ੁਰੂ। ਮੈਂ ਵੀ ਸੋਚਿਆ ਕਿ ਹਾਲੇ ਮੇਰੀ ਨਜ਼ਰ ਇੰਨੀ ਕਮਜ਼ੋਰ ਤਾਂ ਹੋਈ ਨਹੀਂ ਕਿ ਇੰਨੀ ਸੋਹਣੀ ਕੁੜੀ ਨਜ਼ਰ ਹੀ ਨਾ ਆਵੇ। ਮਾਈ ਸੈਲਫ ਜੋਲੀ ਜੀ। ਤੇਰਾ ਢਿੱਡ ਦੁਖਦਾ? ਐਂਡ ਹੀ ਇਜ਼ ਦੀਪ ਮੇਰਾ। ਸਤਿ ਸ਼੍ਰੀ ਅਕਾਲ ਰਾਂਝਾ। ਕਹਿ ਉਹ ਛੱਡ ਦੇ ਘਰੇ ਲੈ ਕੇ ਜਾਏਗਾ ਹੁਣ। ਇਹ ਦੀਪ ਹੈ ਜੀ। ਹਾਏ। ਓਏ ਆਪਣੀ ਰਾਂਝੇ ਵਾਲੀ ਪ੍ਰੋਬਲਮ ਤਾਂ ਸੋਲਵ ਕਰ ਲਓ। ਓਏ ਹਾਂ ਯਾਰ ਕੀਰਤ, ਚੰਗਾ ਹੋ ਗਿਆ ਤੂੰ ਆ ਗਈ, ਨਹੀਂ ਤਾਂ ਐਵੇਂ ਪ੍ਰੋਬਲਮ ਹੋ ਜਾਣੀ ਸੀ। ਕਿਉਂ, ਇਹੋ ਜਿਹਾ ਕੀ ਹੋ ਗਿਆ ਮੇਰੇ ਨਾਨ ਕਰਕੇ? ਆਪਣੇ ਡਿਪਾਰਟਮੈਂਟ ਵਾਲੇ ਡਰਾਮਾ ਕਰਾ ਰਹੇ ਨੇ। ਡਰਾਮਾ ਯਾਨੀ ਪਲੇ? ਦੈਟ ਵਿਲ ਬੀ ਫਨ। ਫਨ ਤੇ ਆਪੇ ਹੀ ਹੋਣਾ ਹੈ। ਰਾਂਝੇ ਬਣਨ ਦਾ ਪਲਾਨ ਹੋਣਾ ਹੈ ਤੇਰਾ, ਤੇ ਹੀਰ ਬਣੇ ਕੀ ਹੋਈ? ਮੈਨੂੰ ਹੀ ਹੈ। ਹੋਰ ਤੈਨੂੰ ਥੋੜੀ ਹੀਰ ਬਣਾਉਂਦਾ ਇਹ। ਤਾਂ ਹੀ ਇੰਨੀ ਖੁਸ਼ੀ ਚੜੀ ਹੈ? ਤੂੰ ਯਾਰ ਐਵੇਂ ਸ਼ੱਕ ਕਰਦੀ ਰਹਿਣੀ ਹੈ। ਮੈਨੂੰ ਕਿੱਥੇ ਖੁਸ਼ੀ ਚੜੀ ਹੈ? ਆ ਹਸੀ ਜਾਂਦਾ ਦੇਖ ਮਾ। ਕਿੱਥੇ ਹਸੀ ਜਾਂਦਾ ਯਾਰ? ਲੱਗਦਾ ਹੈ ਹੱਸਦਾ ਯਾਰ। ਆ ਫੇਰ ਹੱਸਦਾ, ਆ ਦੇਖ ਹੱਸਦਾ ਹੱਸਦਾ। ਹੂੰ ਵੇਖ ਰਹੀ ਹਾਂ ਮੈਂ। ਫੇਰ ਮੈਨੂੰ ਭੁਲੇਖਾ ਲੱਗ ਗਿਆ ਹੁਣ। ਤੂੰ ਹੀਰ ਮੇਰੀ, ਮੈਂ ਰਾਂਝਣ ਤੇਰਾ, ਕਿਉਂ ਛੱਡ ਕੇ ਤੁਰ ਗਈ ਖੇੜਿਆਂ ਨੂੰ? ਦੱਸ ਕੀ ਕਸੂਰ ਸੀ ਮੇਰਾ? ਹੀਰ ਨਹੀਂ ਸੀ ਤਕਦੀਰ ਤੇਰੀ, ਵਿੱਚ ਖੇੜਿਆਂ ਦੇ ਰੋਂਦੀ ਰੂਹ ਮੇਰੀ, ਤੂੰ ਰਾਂਝਣ ਮੇਰਾ, ਮੈਂ ਹੀਰ। 12 ਸਾਲ ਚਰਾਈਆਂ ਮੱਧੀਆਂ ਮੈਂ ਤੇਰੇ ਪਿੱਛੇ, ਦੱਸ ਕੀ ਕਦਰ ਤੂੰ ਜਾਣੀ ਮੇਰੀ? ਕੀ ਹੋਇਆ? How unrealistic is this? 12 ਸਾਲ ਮੱਝੀਆਂ? ਕਿਉਂ, ਤੈਨੂੰ ਕੀ ਲੱਗਦਾ ਹੈ? I can't believe this. 12 ਸਾਲ, it's too much. What do you think, Deep? ਹੋ ਵੀ ਸਕਦਾ ਜੀ, ਨਹੀਂ ਵੀ ਹੋ ਸਕਦਾ, ਪਰ ਮੈਨੂੰ ਪਤਾ ਬਈ ਮੈਂ ਕੀਰਤ ਨੂੰ ਬਹੁਤ ਪਿਆਰ ਕਰਦਾ, ਇਹ ਵੱਖਰੀ ਗੱਲ ਹੈ ਵੀ ਇਹਦੇ ਡੈਡੀ ਕੋਲ ਮੱਝਾਂ ਹੈ ਨਹੀਂ। Stop it. It means ਤੁਸੀਂ ਟਰੂ ਲਵ ਤੇ ਯਕੀਨ ਨਹੀਂ ਕਰਦੇ। ਟਰੂ ਲਵ ਇੰਨਾ ਵੀ ਨਹੀਂ ਹੁੰਦਾ ਕਿ ਕੋਈ ਮੁੰਡਾ ਇੱਕ ਕੁੜੀ ਮਗਰ 12 ਸਾਲ ਖਰਾਬ ਕਰਦੇ। ਮੈਂ ਦੱਸਦਾ ਯਾਰ, ਤੂੰ ਸਿਰਫ ਰਾਂਝੇ ਦੀ ਗੱਲ ਕਰਦਾ, ਤੂੰ ਮੈਨੂੰ ਦੇਖ ਯਾਰ, 10-11 ਸਾਲ ਹੋ ਗਏ ਕੁੜੀਆਂ ਪਿੱਛੇ ਛਿੱਤਰ ਖਾਂਦੇ ਨੂੰ। ਆ ਲੋ ਜੀ ਅੱਜ ਦਾ ਰਾਂਝਾ, ਇਹਨੂੰ 12 ਸਾਲ ਹੋ ਗਏ ਵਿਚਾਰੇ ਨੂੰ, ਨਾ ਹੀਰ ਮਿਲੀ ਨਾ ਹੀ ਡਿਗਰੀ। ਮੇਰੀ ਗੱਲ ਸੁਣੋ, ਤੈਨੂੰ ਕਿੰਨੀ ਵਾਰ ਕਹਿ ਕੇ ਬੰਦੇ ਦੇ ਹੌਸਲੇ ਦੀ ਕਦਰ ਕਰੀ ਨਹੀਂ ਹੁੰਦੀ ਹੈ? ਛੱਡੋ ਜੀ ਇਹਦੀ ਗੱਲ, ਤੁਸੀਂ ਆ ਸ਼ਾਹਰੁਖ ਖਾਨ ਪਹੁੰਚ ਮੇਰੀ ਫੋਟੋ ਖਿੱਚੋ। ਇੱਕ ਮਿੰਟ ਰੁਕੋ ਜੀ, ਭਗਤ ਸਿੰਘ ਵਾਲੇ ਪਹੁੰਚ ਖਿੱਚੋ ਜੀ। ਕੀ ਹੋਇਆ, ਕੀ ਸੋਚ ਰਹੀ ਹੈ ਸਿਮਰਨ? ਕਿਰਤ, ਮੈਂ ਇੱਥੇ ਹਰ ਦੂਜੀ ਤੀਜੀ ਗੱਡੀ ਦੇ ਪਿੱਛੇ ਤੇ ਬਹੁਤ ਸਾਰੀ ਜਗਾਵਾਂ ਤੇ ਭਗਤ ਸਿੰਘ ਦੀ ਫੋਟੋ ਟੰਗੀ ਹੋਈ ਵੇਖੀ ਹੈ। ਕਿਸੇ ਵਿੱਚ ਹੱਥ ਮੁੱਛ ਤੇ ਕਿਸੇ ਵਿੱਚ ਗਨ ਫੜੀ ਹੋਈ ਹੈ, ਪਰ ਜੋ ਦਾਰਜੀ ਨੇ ਮੈਨੂੰ ਦੱਸਿਆ ਸੀ ਕਿ ਉਹੀ ਭਗਤ ਸਿੰਘ ਹੈ। ਦੇਖੋ ਮੈਡਮ, ਇੱਕ ਸਸਤੀ ਜੀ ਤੁਕਬੰਦੀ ਹੈ ਜੋ ਲੋਕਾਂ ਨੇ ਬਣਾਈ ਹੈ ਭਗਤ ਸਿੰਘ ਬਾਰੇ। ਗੋਰੇ ਖੰਗੇ ਸੀ ਤਾਂ ਹੀ ਉਹ ਟੰਗੇ ਸੀ, ਪਰ ਇੱਥੇ ਦੇ ਲੋਕ ਬਸ ਭਗਤ ਸਿੰਘ ਨੂੰ ਇੱਕ ਵਾਇਲੈਂਟ ਯੰਗ ਮੈਨ ਮੰਨਦੇ ਸੀ। ਫਿਰ ਕੌਣ ਹੈ ਅੱਜ ਦੇ ਯੂਥ ਆਈਕਨ? ਲਓ ਜੀ ਆ ਗਿਆ ਅੱਜ ਦੇ ਯੂਥ ਆਈਕਨ। ਦੋ ਮਿੰਟ ਲਵਾਂਗਾ। ਮੈਂ ਸੁਣਿਆ ਤੁਸੀਂ ਵੀ ਇਸ ਵਾਰੀ ਇਲੈਕਸ਼ਨ ਲੜ ਰਹੇ ਹੋ। ਵਧਾਈਆਂ। ਲੈ ਮੈਂ ਵੀ ਵਧਾਈ ਦਾ ਪਾਤਰ ਬਣ ਗਿਆ। ਕੋਈ ਨਾ ਕੋਈ ਤੇ ਸਾਹਮਣੇ ਖੜਾ ਲੜਨ ਲਈ। ਸਵਾਦ ਉਹ ਸਵਾਦ ਇਲੈਕਸ਼ਨ ਲੜਨ ਦਾ ਤੇ ਜਿੱਤਣ ਦਾ, ਪਰ ਇੱਕ ਸਲਾਹ ਦੇਣਾ ਚਾਹੁੰਦਾ। ਕੰਟਰੋਲ ਰੱਖਣਾ, ਜ਼ੁਬਾਨ ਤੇ ਹੱਥਾਂ ਤੇ। ਮਹਿਮਾਨ ਹੁਰੀ ਆਏ ਹੋਏ ਨੇ, ਲੱਗਦਾ ਮਾਹੌਲ ਖਰਾਬ ਕਰਤਾ। ਸੋਰੀ, ਮਾਫ ਕਰਨਾ। ਮਾਈ ਸੈਲਫ ਕਵਰ ਸਿੰਘ ਰਾਣਾ, ਥੈਂਕ ਯੂ। ਤੇ ਤੁਹਾਡਾ ਨਾਮ? ਤੁਸੀਂ ਤੇ ਆਪਣਾ ਨਾਮ ਦੱਸੋਗੇ ਨਹੀਂ, ਪਰ ਚੰਗੇ ਚੀਜ਼ਾਂ ਕਿੱਥੇ ਲੁਕੀ ਰਹਿੰਦੀਆਂ ਨੇ, ਪਤਾ ਤੇ ਲੱਗ ਹੀ ਜਾਣ। ਹਾਏ ਹਾਏ। ਮੈਂਟਲ ਕੇ ਸਾਹ ਸਾਲਾ, ਮਿਨਿਸਟਰ ਦਾ ਮੁੰਡਾ ਹੋਣ ਕਰਕੇ ਗੁੰਡਾਗਰਦੀ ਦਾ ਲਾਇਸੈਂਸ ਮਿਲਿਆ ਨੂੰ। ਇਹ ਸੀ ਅੱਜ ਦੇ ਯੁਵਾ ਨੇਤਾ, ਆਉਣ ਵਾਲੇ ਕੱਲ ਦੇ ਨੇਤਾ।
नेता है, ये तो गुंडा लगता है। छड़ो ना यार, आपा की लेना है, कल तो यूथ फेस्ट स्टार्ट हो रहा है, ओदी मौजा लेने की तैयारियां करिए बस। बांदर भी जोड़िया फिर सिमरन जी साडे मेहमान ने इन्हां नूं पुछो कित्थे जाणा किरत तू मैनूं ओ बाबा प्रेमानंद जी दे बारे दस्सिया सी ना आपां उन्हां दे आश्रम चलिए ओम हरिं श्रीं पुरुषोत्तमाय नमः। ओम हरिं श्रीं पुरुषोत्तमाय नमः। लगता डैडी आया कीर्त दा तां पुलसा ही रही है। ले भी आजो किरा पत के ओ इड्डा तां यार किसे मिनिस्टर दा घर नहीं हुंदा। आपां तां 10 साल यूनिवर्सिटी च एवें खराब करते। इहदे नाल चंगा सी किसे डेरे च बाबे बन जांदे। हुण रखा दिंदे आपां कुड़ी दे डैडी दी इत्थे बहुत चलदी है। ओ बाबे ओ अपनी सुपियां चो बाहर निकलो। ए ने मेरे पापा दे गुरु बाबा प्रेमानंद जी। इन्ने वड्डे वड्डे ऑफिसर इन्हां दे भक्त ने। ए ते कुछ भी नहीं, ओ देखो मिनिस्टर साहब भी आए होए ने। इहो जिही चमत्कारी हस्तियां सदियां च विरले ही पैदा हुंदियां ने। बाबा जी ने लोकां दे दुख हर के उन्हां नूं सुख दा दान दित्ता है। जिन्हां दे घर बच्चे नहीं सी होए 20-20 वर्यां तों उन्हां नूं बच्चां दा दान दित्ता है। बोलो महाराज बाबा प्रेमानंद जी दी जय। महाराज बाबा प्रेमानंद जी दी जय। व्हाई इज क्राइम एक्चुअली इत्थे ते सारे लोकी बाबा जी नूं अवतार मंदे ने। सो अवतार यानी गॉड। यस
पर कोई इंसान रब किवें हो सकता है? आ लोग बनांदे हैं ना रब। इत्थे आन वाले कई श्रद्धालु अपने हाथ नाल आश्रम दी जमीन ते काम करदे ने ते फल अनाज ते सब्जियां उगांदे ने। ते सब किथे जांदा है? आश्रम दे विच ही कई मैन्युफैक्चरिंग प्लांट्स ने जिथे इन्हां दे कई प्रोडक्ट्स बनदे ने। ओ होणा की है जेड़े जट्टा दी सब्जियां मंडियां च रुलियां फिरदियां है इन्हां दे जेड़े पिट्ठे 100-100 रुपए किलो बिकदे आ हुंदा है। यस आहा यार वधिया बिजनेस आ नाले सेवा नाले मेवा। आओ जी इधर नूं बाबा जी। ए तुहाडे कॉलेज दा राणा नी? ए इत्थे की कर रिहा है? राणे दे डैडी यानी कि मंत्री साहब बाबा जी दे पक्के भगत ने। आश्रम दीआं कई गड्डियां उहनां दे इलाके विचों दी श्रद्धालुआं नूं लै के आउंदे ने। ए कोई भगति है? वोट बैंक दी राजनीति है यार। प्लीज हुन राजनीति दी गल्ला ना करना। मैं बोर हो जानी हां। सिमरन जी आ शकल देख लो भुख नाल ना 12 बज गए ढिड चूहे डांस कर रहे ने यार कुछ खवा दो चलिए आपां इत्थों। चलिए बहुत हो गया बाबा चल लीजिए जरा। ओए होली चलाओ सड़ियो तेन किन्ने वारी समझाया एह जे वेले दोस्तां तो दूर रहा कर समझ नहीं आउंदी? ओ पापा मेरी फ्रेंड आई है कैनेडा तो। शुक्र कर तेनू थानेदार ने पहचान लिया के तू एसएसपी बराड़ दी धी है। पापा आई एम रियली सॉरी प्लीज 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 मेनू माफ कर दो। मेनू पता है मेरे को गलती हो गई। आई प्रोमिस अगे तो कोई कंप्लेन नहीं आएगी। प्लीज पापा पापा अगर हो सके तो प्लीज उन्होंने भी माफ कर दो प्लीज। नहीं ਉਹਨਾਂ ਨੂੰ ਮਾਫੀ ਨਹੀਂ ਮਿਲ ਸਕਦੀ। ਬਈ ਝਾੜੂ ਤਾਂ ਮਾਮਿਆਂ ਨੇ ਹੈਰੀ ਪੋਟਰ ਵਾਲਾ ਦਿੱਤਾ। ਓਏ ਉਹ ਛੇਤੀ ਕਰੋ ਛੇਤੀ ਹਾਲੇ ਤਾਂ ਗੇਟ ਤੱਕ ਝਾੜੂ ਮਾਰਨਾ ਤੁਸੀਂ। ਤੇਰੀ ਮੈਂ ਮੰਮੀ ਦੀ ਨਾ ਪਟਵਾਏਗਾ ਸਾਲੇ ਅੱਗੇ ਥੋੜੀ ਹੋਈ ਆ। ਫੇਸਬੁੱਕ ਲਈ ਚੰਗੀ ਫੋਟੋ ਮਿਲ ਗਈ ਆ। ਇਧਰੋਂ ਫੋਟੋ ਖਿੱਚੋ ਜੀ ਮੇਰੀ ਪ੍ਰੋਫਾਈਲ ਬਹੁਤ ਵਧੀਆ ਹੋ ਗਈ। ਫੋਟੋ ਕਿੱਥੇ ਚਾਹੀਏ ਨਾ ਯਾਰ। ਉਹ ਪਿਛਲੀ ਵਾਰ ਲੜਾਈ ਵਾਲੀਆਂ ਫੋਟੋਆਂ ਦੇ 2500 ਲਾਈਕਸ ਆਏ ਸੀ। ਇਹਨਾਂ ਫੋਟੋ ਨਾਲ ਤਾਂ ਆਪਾਂ ਫੇਸਬੁੱਕ ਤੇ ਫੇਮਸ ਹੋ ਜਾਣਾ। ਉਹ ਫੇਸਬੁੱਕ ਤੇ ਤਾਂ ਫੇਰ ਫੇਮਸ ਹੋਵਾਂਗੇ ਜੇ ਅੱਧਾ ਘੰਟਾ ਹੋਰ ਝਾੜੂ ਲਾਉਂਦੇ ਰਹਗੇ ਨਾ ਕਲਾਸਾਂ ਲੱਗ ਜਾਣੀਆਂ ਤੇ ਯੂਨੀਵਰਸਿਟੀ 'ਚ ਹੁਣੇ ਫੇਮਸ ਹੋ ਜੂਗੇ। ਓਏ ਕੁੜੀਆਂ ਲੈ ਵੀ ਬਣ ਗਏ ਹਰੀ ਫੋਟੋ। ਪਾਥੀਆਂ ਦਾ ਖਿੱਚ ਲਈਆਂ ਹੁਣ ਚਲੀਏ ਹੁਣ ਇਹਨੂੰ ਛਿੱਟ ਦੀ ਫੈਕਟਰੀ ਵੀ ਦਿਖਾ ਦੋ ਜਾਨੀ ਕਿ ਮੱਝ। ਲਓ ਜੀ ਮੈਡਮ ਆ ਗਿਆ ਤੁਹਾਡਾ ਪਿੰਡ। ਹੁਣ ਦੱਸੋ ਕਿੱਥੇ ਜਾਣਾ? ਘਰ ਦਾ ਤਾਂ ਨਹੀਂ ਪਤਾ ਪਰ ਦਾਦਾ ਜੀ ਦਾ ਨਾਮ ਪਤਾ ਹੈ। ਆਪਾਂ ਇੱਕ ਕੰਮ ਕਰਦੇ ਹਾਂ ਮੈਡਮ ਜੀ ਆਪਾਂ ਸਰਪੰਚ ਦੇ ਘਰ ਚੱਲਦੇ ਹਾਂ ਉੱਥੋਂ ਸਾਰਾ ਕੁਝ ਪਤਾ ਚੱਲ ਜਾਣਾ। ਚਲੋ ਪਹਿਲਾਂ ਜਾ ਕੇ ਪੈਰਾਂ ਚ ਡਿੱਗਦੇ ਆ ਹੋ ਸਕਦਾ ਪਤੇ ਦੇ ਨਾਲ ਨਾਲ ਚਾਹ ਤੇ ਲੱਸੀ ਦਾ ਜਗਾੜ ਵੀ ਹੋ ਜਾਏ। ਤੁਸੀਂ ਤੇ ਕੀ ਕਰਦੇ ਹੈਗੇ? ਕੌਣ ਚਾਹੀਦਾ ਤੁਹਾਨੂੰ?
ਤੁਸੀਂ ਸਰਪੰਚ ਹੋ? ਹਾਂ ਹਾਂ, ਮੈਂ ਹੀ ਮਦਨ ਸਿੰਘ ਮੱਦੀ ਸਰਪੰਚ। ਕਿਆ ਬਾਤ ਹੈ ਭਈ, ਇਹ ਵੀ ਸਰਪੰਚ ਬਣ ਲੱਗ ਗਏ ਯਾਰ। ਓਏ ਮੇਰਾ ਮਤਲਬ ਬਿਹਾਰ ਸੇ ਹੋ? ਪੂਰਾ 200 ਘਰ ਹੈਗੀ ਇਸ ਪਿੰਡ ਵਿੱਚ ਬਿਹਾਰੀਓ ਕਾ। ਤੇ ਫਿਰ ਤੁਸੀਂ ਪੱਗ ਕਿਉਂ ਬੰਨੀ ਹੈ? ਪੱਗ 10-12 ਘਰ ਇਸਮੇ ਸਰਦਾਰੋਂ ਕੇ ਵੀ ਹੈਗੀ, ਉਨਕੇ ਵੀ ਤਾਂ ਵੋਟ ਚਾਹੀਏ। ਸਰਦਾਰੋਂ ਨੇ ਤਾਂ ਪੱਗ ਬੰਨੀ ਛੋੜ ਦੀ ਔਰ ਜੈਲ ਲਗਾ ਕੇ ਚਲੇ ਗਏ ਬਾਹਰ ਕੈਨੇਡਾ। ਕਿਸੀ ਨੇ ਤਾਂ ਸਰਦਾਰੀ ਕਾਇਮ ਰੱਖਣੀ ਹੈ ਨਾ, ਹਮਨੇ ਪੱਗ ਆਪਣੇ ਸਰ ਪੇ ਰੱਖ ਲਈ ਔਰ ਬਣ ਗਏ ਸਰਪੰਚ। ਅਬ ਆਪ ਬਤਾਓ, ਆਪਕੋ ਕਿਆ ਚਾਹੀਏ, ਚਾਹ ਯਾ ਲੱਸੀ? ਕਿਉਂ ਬਤੰਦਰੋ, ਪੀਲੀ ਲੱਸੀ ਹੁਣ? ਓ ਯਾਰ ਮੰਨਦਿਆਂ ਕਲੋਲ ਹੋ ਗਈ, ਉਹਦੀ ਕਿਹੜਾ ਪਿੱਠ ਤੇ ਲਿਖਿਆ ਹੋਇਆ ਸੀ ਵੀ ਉਹ ਭਈਆ ਯਾਰ। ਉਹ ਬਾਈ ਬਾਕੀ ਗੱਲਾਂ ਛੱਡੋ, ਪਰ ਸਰਪੰਚ ਐਡਮ ਘੈਂਟ ਸੀ। ਇਸ ਪਿੰਡ ਦੇ ਸਾਰੇ ਪੰਜਾਬੀ ਲੋਕ ਕਿੱਥੇ ਗਏ? ਪਿੰਡ ਦੇ ਵਸਨੀਕ ਮੈਡਮ ਹੁਣ ਆਪਣੀਆਂ ਜੜਾਂ ਲੱਭ ਰਹੇ ਨੇ। ਤੇ ਬਿਹਾਰੀ ਇੱਥੇ ਕੀ ਕਰ ਰਹੇ ਨੇ? ਇਹ ਬਿਹਾਰੀ ਪੰਜਾਬ 'ਚ ਉਹੀ ਕਰ ਰਹੇ ਨੇ ਜਿਹੜੇ ਆਪਣੇ ਕੁਝ ਪੰਜਾਬੀ ਭਰਾ ਅਮਰੀਕਾ ਤੇ ਕੈਨੇਡਾ ਵਿੱਚ ਕਰ ਰਹੇ ਨੇ। What do you mean? ਮਤਲਬ ਇਹ ਹੈ ਜੀ, ਭਈਏ ਇੱਥੇ ਆਲੂ ਪੱਟੀ ਜਾਂਦੇ ਨੇ, ਪੰਜਾਬੀ ਕੈਨੇਡਾ 'ਚ ਆਲੂ ਪੱਟੀ ਜਾਂਦੇ ਨੇ। ਭਈਏ ਇੱਥੇ ਪੰਪਾਂ ਦੇ ਤੇਲ ਪਾਈ ਜਾਂਦੇ ਨੇ, ਤੇ ਪੰਜਾਬੀ ਕੈਨੇਡਾ 'ਚ ਪੰਪਾਂ ਦੇ ਤੇਲ ਪਾਈ ਜਾਂਦੇ ਨੇ। ਚਲੋ ਆਪਾਂ ਇੱਥੋਂ ਚੱਲਦੇ ਹਾਂ। ਕੀ ਗੱਲ, ਤੁਸੀਂ ਆਪਣੇ ਦਾਦਾ ਜੀ ਦਾ ਘਰ ਨਹੀਂ ਲੱਭਣਾ? ਸ਼ਾਇਦ ਇਹ ਉਹ ਪਿੰਡ ਉਹ ਪੰਜਾਬ ਹੈ ਹੀ ਨਹੀਂ ਜਿਸ ਦੀ ਕਹਾਣੀਆਂ ਬਚਪਨ ਤੋਂ ਮੈਂ ਆਪਣੇ ਦਾਦਾ ਜੀ ਦੇ ਮੂੰਹ ਤੋਂ ਸੁਣਦੀ ਆਈ ਹਾਂ। ਉਹ ਚਰਖੇ, ਉਹ ਪਿੰਗਾ ਝੂਟਦੀਆਂ ਮੁਟਿਆਰਾਂ, ਉਹ ਖੂਹ, ਉਹ ਸੱਥਾਂ। ਉਹ ਸਿਮਰਨ ਜਿਹੜੇ ਪੰਜਾਬ ਦੀ ਤੂੰ ਗੱਲ ਕਰਦੀ ਆ ਨਾ, ਉਹ ਚਰਖੇ, ਉਹ ਮਧਾਣੀਆਂ, ਉਹ ਕੱਚੇ ਪਿੰਡ, ਉਹ ਅੱਜ ਕੱਲ ਹੁਣ ਪੰਜਾਬੀ ਗੀਤਾਂ ਦੇ ਵੀਡੀਓ 'ਚ ਹੀ ਦੇਖਣ ਨੂੰ ਮਿਲਦੇ ਨੇ। ਉਹ ਸਹੀ ਕਿਹਾ ਯਾਰ, ਤਾਂ ਹੀ ਸਾਡੇ ਪਿੰਡ ਇੰਨੀਆਂ ਸ਼ੂਟਿੰਗਾਂ ਹੁੰਦੀਆਂ ਨੇ, ਕੋਈ ਨਾ ਕੋਈ ਕੈਮਰਾ ਜਿਹਾ ਚੱਕ ਕੇ ਵੜਿਆ ਹੀ ਰਹਿੰਦਾ। ਹੁਣ ਪਿੰਡ ਜਾਣ ਵਾਸਤੇ ਨਾ ਕਹਿ ਦਿਓ। ਓਏ ਚੁੱਪੋ, ਚੁੱਪ ਚੁੱਪ ਚੁੱਪ, ਘਰ ਆ ਗਏ ਜਿਹੜੀ ਇੱਧਰ ਅੰਦਰ ਅੰਦਰ। ਹੁਣ ਫਾਲਤੂ ਨੂੰ ਬੋਲਣਾ ਕਿਸੇ ਨੂੰ? ਚੁੱਪ ਹੋਏ ਭਾਬੀ ਜੀ ਖੜੇ ਨੇ। ਭਾਬੀ ਸਤਿ ਸ਼੍ਰੀ ਅਕਾਲ। ਟਾਈਮ ਲੱਗਿਆ ਤੈਨੂੰ ਵੇਖਣ ਦਾ? ਉਹ ਭਾਬੀ ਪੜਾਈ ਤੋਂ ਮਿਲਦੀ ਨਹੀਂ ਮਿਲਦੀ ਹੁਣ ਕੀ ਦੱਸਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਬੀ, ਇਹ ਮੇਰਾ ਦੋਸਤ ਦੀਪ ਹੈ। ਅੱਛਾ ਭਾਬੀ, ਉਹ ਜੀਡੀ। ਸਤਿ ਸ਼੍ਰੀ ਅਕਾਲ ਭਾਬੀ। ਇਹ ਕੀਰਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਕੁੜੀ ਸਿਮਰਨ ਆ, ਕੈਨੇਡਾ ਤੋਂ ਆਈ ਹੈ ਸਪੈਸ਼ਲੀ ਪੰਜਾਬ ਦੇਖਣ। ਸਤਿ ਸ਼੍ਰੀ ਅਕਾਲ। ਚਲੋ ਆ ਜਾਓ, ਹੁਣ ਅੰਦਰ ਲੰਘ ਜਾਓ। ਆਲੇ ਰੋਟੀ ਖਾਓ। ਅਰੇ ਖਾ ਲਓ, ਮੋਟੇ ਨਹੀਂ ਹੋਗੇ? ਉਹ ਤੂੰ ਹਿੰਦੀ ਕਿੱਥੋਂ ਬੋਲਣ ਲੱਗ ਗਈ? ਲੱਗਦਾ ਸਰਪੰਚ ਦਾ ਅਸਰ ਹੋ ਗਿਆ ਇਹਦੇ ਤੇ ਵੀ। ਉਹ ਸਾਰੀਆਂ ਹੀ ਰੱਖ ਜਾ ਯਾਰ, ਨਹੀਂ ਤਾਂ ਚੱਕਰ ਲਾਉਂਦੀ ਗਸ਼ ਖਾ ਕੇ ਡਿੱਗ ਜਾਏਗੀ। ਭਾਬੀ ਜੀ ਗੱਲ ਦੱਸੋ, ਇਹ ਹੁਣੇ ਤੋਂ ਇੰਨੀ ਮਸਤੀਆਂ ਕਰਦਾ ਹੈ ਜਾਂ ਬਚਪਨ ਤੋਂ ਸ਼ਰਾਰਤੀ ਸੀ? ਤੂੰ ਇਹਦੀਆਂ ਸ਼ਰਾਰਤਾਂ ਵੇਖੀਆਂ ਕਿੱਥੇ ਹੈ? ਇਹ ਤਾਂ ਨਿੱਤ ਘਰੇ ਲਾਂਬੇ ਲੈ ਕੇ ਆਉਂਦਾ ਸੀ। ਉਹ ਭਾਬੀ, ਪਿੰਡ ਵਾਲੇ ਮੈਨੂੰ ਪਿਆਰ ਹੀ ਇੰਨਾ ਕਰਦੇ ਆ, ਜੇ ਹੁਣ ਵੀ ਪਤਾ ਲੱਗ ਜਾਣਾ ਮੈਂ ਸਾਰਾ ਪਿੰਡ ਮਿਲਣ ਆਜੂ। ਭਾਬੀ ਕੋਈ ਪਿੰਡ ਵਾਲਾ ਫਿਰ ਤਾਂ ਨਹੀਂ ਆ ਗਿਆ ਮਿਲਣ? ਤੈਨੂੰ ਖੇਤੀ ਨਾਲ ਨਫ਼ਰਤ ਹੈ ਪਰ ਸਾਡੀ ਖੈਰ ਖ਼ਬਰ ਲੈਣ ਤਾਂ ਆ ਜਾ ਕਰ। ਇਹ ਸਭ ਤੇਰੇ ਦੋਸਤ ਨੇ? ਹਾਂ ਬਾਈ, ਇਹ ਸਾਰੇ ਮੇਰੇ ਦੋਸਤ ਨੇ ਬਾਈ। ਅਸੀਂ ਸਾਰੇ ਅੱਜ ਇੱਥੇ ਹੀ ਰੁਕਾਂਗੇ। ਕਿਉਂ ਨੀ, ਕਿਉਂ ਨੀ, ਚਲੋ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹੋਰ ਵੀ ਸਭ ਠੀਕ ਠਾਕ ਹੋ? ਚਲੋ, ਤੁਹਾਡੇ ਕਾਰਨ ਸਹੀ ਅੱਜ ਇਸ ਕਮਰੇ ਨੂੰ ਆਪਣੇ ਘਰ ਦੀ ਯਾਦ ਆਈ। ਜੇ ਪੰਜਾਬ ਆਏ ਗਏ ਹੋ ਤੇ ਪਿੰਡ ਦਾ ਵਿਆਹ ਵੇਖ ਕੇ ਜਾਇਓ। ਵਿਆਹ ਕੱਲ ਜੌਲੀ ਦੇ ਚਾਚੇ ਦੀ ਕੁੜੀ ਦਾ ਵਿਆਹ ਹੈ ਤੇ ਤੁਹਾਡੇ ਬਾਨੇ ਜੌਲੀ ਵੀ ਵਿਆਹ ਵੇਖ ਲੂ। ਕਿਉਂ ਮੈਂ ਵਿਸਕੀ ਦੀ ਬੋਤਲੇ ਲੈ ਆਇਆ? ਹਾਏ ਹਾਏ, ਜੇ ਗਾਉਂਦਾ ਹੁੰਦਾ ਤੇ ਉਹਦੀ ਆਲਾਇਆ ਕੁੰਡਾ ਖੋਲੇ ਪੜ ਤੂੰ ਚਕੜ ਜਟੀ ਹੋਰ ਲੈ ਕੁਛ। ਬਹੁਤ ਕੁਛ, ਰੂਹ ਖੁਸ਼ ਹੋ ਜੂ ਤੇਰੀ। ਆ ਦੇਖ, ਓਏ ਤੇਰੀ ਨੂੰ ਇੰਨੀ ਸੜਿਆ ਦੇ ਨਾ ਤਾਂ ਮੂੰਹ ਨਹੀਂ ਗਿੱਲਾ ਹੋਣਾ। ਸੜਿਆ ਹੋਰ, ਮੈਂ ਤੇਰੇ ਵਾਸਤੇ ਇੱਥੇ ਪੱਠੀ ਲਈ ਆ, ਇਹ ਵੀ ਸਿਰੀ ਦੀਆਂ ਮਿੰਤਾਂ ਕਰ ਕਰਕੇ ਮੰਗ ਕੇ ਲੈ ਕੇ ਆਇਆ। ਉਹ ਤਿੰਨੇ ਸੇ ਕੇ ਬਣਾਏਗਾ, ਮੈਨੂੰ ਤਾਂ ਇਹਦਾ ਫਿਕਰ ਹੈ। ਤਿੰਨੇ ਸੇ ਕਿਹਦੇ ਲਈ ਕਰਨੇ? ਇਹ ਤਾਂ ਪਕੌੜੀਆਂ ਵਾਲਾ, ਇਹਨੇ ਥੋੜੀ ਦਾਰੂ ਪੀਣੀ ਆ ਯਾਰ। ਪਕੌੜੀਆਂ ਖਾ ਵੀ ਓਏ। ਆਪਾਂ ਦੇ ਪਾਣੀ ਪਾ ਦਿਆਂ? ਮੈਨੂੰ ਨਾ ਪਾਣੀ ਪਾ, ਮਾੜੀ ਜੀ ਹੈਗੀ, ਉਹਦਾ ਵੀ ਸਵਾਦ ਖਰਾਬ ਕਰੇਗਾ। ਪਤਾ ਹੀ ਹੈ ਮੈਨੂੰ, ਚੱਕ ਫਿਰ ਲਾ। ਆ ਲੈ ਇੱਕ ਸਾਜ ਖਿੱਚ ਜਾ। ਜਾਂਦੀ ਆ ਨਾ ਚੀਰ ਦੀ, ਬਣੀ ਨਾ ਗੱਲ ਪਹਿਲੇ ਤੋੜ ਦੀ ਨਾਲ। ਬਈ ਗੱਲ ਤਾਂ ਨਹੀਂ ਬਣੀ,
ਫੀਲਿੰਗ ਜੀ ਲੈਣ ਦੀ ਕੋਸ਼ਿਸ਼ ਕਰ ਰਿਹਾ ਵੀ ਜੌਲੀ ਦੇ ਪਿੰਡ ਗਏ ਸੀ ਬੜੀ ਦਾਰੂ ਪੀਤੀ ਤੂੰ ਤਾਂ ਕਹਿੰਦਾ ਸੀ ਹੋਰ ਹੈ ਨੀ ਫਿਰ ਆਹ ਕਿਤੋਂ ਲੈ ਕੇ ਆਇਆ ਉਥੋਂ ਕਿਸੇ ਕੋਲ ਮੰਗ ਕੇ ਲਿਆਂਦੀ ਆ ਜੀ ਚੰਗਾ ਜਾ ਇਹਦੇ ਵਾਸਤੇ 10-15 ਕੱਪ ਚਾਹ ਦੇ ਲੈ ਕੇ ਠੀਕ ਹੈ ਜੀ ਛੇਤੀ ਆਈ ਆ ਜਾ ਫਿਰ ਤੈਨੂੰ ਪਤਾ ਇਹ ਦਾਰੂ ਕਿੱਥੋਂ ਆਈ ਹੈ ਨਾ ਇਹ ਦਾਰੂ ਵੱਡੇ ਬਾਈ ਨੇ ਭੇਜੀ ਹੈ ਉਹਨੂੰ ਪਤਾ ਕਿ ਮੈਂ ਉਹਦੇ ਸਾਹਮਣੇ ਪੀਂਦਾ ਨਹੀਂ ਉਸ ਤੋਂ ਮੰਗਦਾ ਨਹੀਂ ਇਸ ਕਰਕੇ ਉਹਨੇ ਸਿਰੀ ਦੇ ਹੱਥ ਆਪਣੇ ਲਈ ਭੇਜੀ ਹੈ ਵਾਹ ਉਹ ਬਾਈ ਯਾਰ ਤੇਰੇ ਭਾਬੀ ਤੇ ਬਾਈ ਤੈਨੂੰ ਇੰਨਾ ਪਿਆਰ ਕਰਦੇ ਨੇ ਤੂੰ ਪਿੰਡ ਕਿਉਂ ਨਹੀਂ ਆਉਂਦਾ ਕਿਹੜੀਆਂ ਗੱਲਾਂ ਚ ਪੈ ਗਿਆ ਯਾਰ ਚੱਲ ਖਿੱਚ ਇਹਨੂੰ ਸਾਲਾ ਨਿਕੰਮਾ ਖੇਤੀਬਾੜੀ ਤੋਂ ਬਚਦਾ ਦੇਖੀ ਯੂਨੀਵਰਸਿਟੀ ਲੁਕਦਾ ਫਿਰਦਾ ਹਾਂ ਲੁਕਿਆ ਬੈਠਾ ਮੈਂ ਮੇਰੇ ਬਾਪ ਨੇ ਸਾਰੀ ਜ਼ਿੰਦਗੀ ਜੱਟ ਪੁਣ ਚ ਆਪਣੇ ਆਪ ਨੂੰ ਇਹਨਾਂ ਜ਼ਮੀਨਾਂ ਦਾ ਰਾਜਾ ਸਮਝਿਆ ਪਰ ਹਾਸਲ ਕੀ ਹੋਇਆ ਉਹਨੂੰ ਕਰਜ਼ੇ ਦੇ ਬੋਝ ਥੱਲੇ ਦੱਬੀ ਹੋਈ ਜ਼ਿਲਤ ਦੀ ਮੌਤ ਇਸ ਕਰਕੇ ਨਫ਼ਰਤ ਆ ਮੈਨੂੰ ਇਸ ਪਿੰਡ ਤੇ ਇਹਨਾਂ ਜ਼ਮੀਨਾਂ ਤੋਂ ਤੂੰ ਸਾਲਿਆ ਕਦੇ ਸਾਹਸ ਨਹੀਂ ਹੋਣ ਦਿੱਤਾ ਆਪਣੇ ਹਾਸਿਆਂ ਪਿੱਛੇ ਇੰਨਾ ਦਰਦ ਛਪਾਈ ਫਿਰਦਾ ਨਾਲੇ ਯਾਰ ਤੂੰ ਜੌਲੀ ਹੱਸਦਾ ਹੀ ਚੰਗਾ ਲੱਗਦਾ ਤੇ ਹੱਸ ਕੇ ਦਿਖਾ ਹਾਂ ਸਾਲਾ ਗੱਲਾਂ ਮਾਰਦਾ ਹੱਸਦਾ ਸਾਲੇ ਹੱਸਦਾ ਵਾਹ ਵਾਹ ਤੁਸੀਂ ਸਾਰੇ ਇੱਥੇ ਬੈਠੇ ਹੋ ਅਸੀਂ ਇੰਨੀ ਦੇਰ ਦੇ ਤੁਹਾਨੂੰ ਥੱਲੇ ਲੱਭੀ ਜਾ ਰਹੇ ਉਹ ਬਸ ਕੁਝ ਨਹੀਂ ਮੜਾਇਆ ਸ਼ੁਕਲ ਮੇਲਾ ਜਾ ਕਰਦੇ ਸੀ ਕਿਹੜਾ ਮੇਲਾ ਸ਼ੁਕਲ ਮੇਲਾ ਜਾ ਕਰਦੇ ਸੀ ਜੇ ਤੈਨੂੰ ਸਮਝਾਉਣ ਲੱਗੇ ਨਾ ਉਹ ਤਾਂ ਸਵੇਰ ਜੀ ਹੋ ਜਾਣੀ ਹੈ ਹੈਲੋ ਡੈਡ ਕੀ ਕਹਿੰਦੇ ਨੇ ਡਾਕਟਰ ਕੋਈ ਖਤਰੇ ਵਾਲੀ ਗੱਲ ਤਾਂ ਨਹੀਂ ਜੇ ਹੋਵੇ ਵੀ ਤੈਨੂੰ ਕੀ ਫਰਕ ਪੈਂਦਾ ਸਾਨੂੰ ਤੇਰੇ ਤੋਂ ਕੋਈ ਆਸ ਨਹੀਂ ਹੈ ਬਸ ਸਾਨੂੰ ਸਾਡੇ ਹਾਲ ਤੇ ਛੱਡ ਦੇ ਪਲੀਜ਼ ਫਾਦਰ ਦੀਪ ਤੋਂ ਗੁੱਸਾ ਕਿਉਂ ਨੇ ਇਹੋ ਜਿਹਾ ਕੀ ਗੁਨਾਹ ਕੀਤਾ ਉਸਨੇ ਗੁਨਾਹ ਤਾਂ ਸਿਰਫ ਦੀਪ ਦਾ ਇੰਨਾ ਕੀ ਹੈ ਉਹਨੇ ਉਹ ਨਹੀਂ ਦਿੱਤਾ ਜੋ ਉਸਦੇ ਫਾਦਰ ਉਸ ਤੋਂ ਕਰਵਾਉਣਾ ਚਾਹੁੰਦੇ ਸੀ ਦੀਪ ਦੇ ਫਾਦਰ ਉਹਨੂੰ ਮੈਡੀਕਲ ਕਰਾਉਣਾ ਚਾਹੁੰਦੇ ਸੀ ਪਰ ਉਹਨੇ ਆਪਣੇ ਫਾਦਰ ਦੇ ਖਿਲਾਫ ਜਾ ਕੇ ITs ਦਾਖਲਾ ਲੈ ਲਿਆ ਮੈਨੂੰ ਸਾਰਿਆਂ ਬਾਰੇ ਬਹੁਤ ਕੁਝ ਪਤਾ ਚੱਲ ਗਿਆ ਪਰ ਤੁਹਾਡੇ ਬਾਰੇ ਮੇਰਾ ਮਤਲਬ ਤੁਸੀਂ ਇੰਨਾ ਘੱਟ ਕਿਉਂ ਬੋਲਦੇ ਹੋ ਬੋਲਣ ਨੂੰ ਕੁਝ ਇੰਟਰਸਟਿੰਗ ਹੈ ਹੀ ਨਹੀਂ ਮੇਰੇ ਬਾਰੇ ਜੋ ਤੁਹਾਨੂੰ ਇੰਟਰਸਟਿੰਗ ਨਾ ਲੱਗੇ ਸ਼ਾਇਦ ਸਾਨੂੰ ਇੰਟਰਸਟਿੰਗ ਲੱਗ ਜਾਵੇ ਉਹ ਤੈਨੂੰ ਦਿਖਦਾ ਨਹੀਂ ਹੋਏ ਸੌਰੀ ਯਾਰ ਬ੍ਰਦਰ ਮਾਈ ਮਿਸਟੇਕ ਕੀ ਮਾਈ ਮਿਸਟੇਕ ਹੋਏ ਜੇ ਤੇਰਾ ਸਿਰ ਪਾੜ ਕੇ ਕਹਾ ਮਾਈ ਮਿਸਟੇਕ ਫਿਰ ਹੈਲੋ ਗਲਤੀ ਤੁਹਾਡੀ ਹੈ ਤੁਸੀਂ ਇੱਕਦਮ ਬ੍ਰੇਕ ਨਾ ਲਾਉਂਦੇ ਤਾਂ ਐਸਾ ਕੁਝ ਨਾ ਹੁੰਦਾ ਉਹ ਤੁਸੀਂ ਅੰਦਰ ਬੈਠੋ ਮੈਂ ਗੱਲ ਕਰ ਰਿਹਾ ਉਹ ਕੀ ਗੱਲ ਕਰੇਗਾ ਓਏ ਖੁਦ ਨੂੰ ਹੀਰੋ ਸਮਝਦਾ ਤੈਨੂੰ ਇੱਕ ਵਾਰੀ ਕਹਿਤਾ ਨਾ ਗਲਤੀ ਹੋ ਗਈ ਤੇ ਪਹਿਲਾਂ ਗੱਡੀ ਦੇਖ ਕੇ ਨਹੀਂ ਚਲਾ ਸਕਿਆ ਕੀ ਹੋ ਰਿਹਾ ਓਏ ਕਿਉਂ ਰੌਲਾ ਪਾ ਰਹੇ ਹੋ ਕੁਝ ਨਹੀਂ ਭਾਜੀ ਗੱਡੀ ਠੋਕਤੀ ਪਿੱਛੋਂ ਤੂੰ ਤੁਸੀਂ ਡਰ ਨਹੀਂ ਸਕਦਾ ਚੱਲ ਬੈਠ ਗੱਡੀ 'ਚ ਹੈਲੋ ਆਫੀਸਰ ਪਹਿਲਾਂ ਪੂਰੀ ਗੱਲ ਤਾਂ ਸੁਣੋ ਕਿਸ ਦਾ ਕਸੂਰ ਹੈ ਬਿਨਾਂ ਕੁਝ ਜਾਣੇ ਤੁਸੀਂ ਇੱਦਾਂ ਦਾ ਫੈਸਲਾ ਕਿਵੇਂ ਲੈ ਸਕਦੇ ਹੋ ਬਹੁਤ ਚੰਗੀ ਤਰ੍ਹਾਂ ਜਾਣਦਾ ਮੈਂ ਇਸ ਨੂੰ ਹਾਫ ਮਰਡਰ ਦਾ ਕੇਸ ਚੱਲ ਰਿਹਾ ਇਸ ਤੇ ਚੱਲ ਬੈਠ ਗੱਡੀ 'ਚ ਕੱਢਦਾ ਤੇਰੀ ਚਿਰੜ ਭੁੰਡੀਆਂ ਮੈਂ ਐਕਸਕਿਊਜ਼ ਮੀ ਆਫੀਸਰ ਗਲਤੀ ਇਹਨਾਂ ਦੀ ਨਹੀਂ ਹੈ ਮੈਂ ਸਭ ਕੁਝ ਆਪਣੀ ਅੱਖੀ ਵੇਖਿਆ ਹੈ ਮੈਂ SSP ਜੈ ਸਿੰਘ ਬਰਾੜ ਦੀ ਬੇਟੀ ਹਾਂ ਸੌਰੀ ਮੈਡਮ ਗਲਤੀ ਹੋ ਗਈ ਤੁਹਾਨੂੰ ਕਿਤੇ ਸੱਟ ਤਾਂ ਨਹੀਂ ਲੱਗੀ ਜੀ ਨਹੀਂ ਬਾਈ ਜੀ ਤੁਸੀਂ ਗੱਡੀ 'ਚ ਬੈਠੋ ਠੀਕ ਠਾਕ ਹੋ ਤੁਸੀਂ ਚਲੋ ਦੋਂਗੇ ਗੁੱਡ ਨਾਈਟ ਬਾਏ ਬਾਏ
ध्यान रखियो फिर ठीक है ठीक है टेक केयर गुड नाइट सिमरन जी तुहानू हुण तां पता लग गया होणा कि मेरा पास्ट किन्ना इंटरेस्टिंग है पर मैनू तुसी हाले भी कुछ नहीं दस्या तुसी सुनना चाहोगे चार चार कले नु कुटी जांदे हो तू भी आ जा तेरिया इना हरकतां ने मेरा सिर चुका दिता है मैनू मान हुंदा जे तू इस देश लई बॉर्डर ते लड़दिया शहीद हो जांदा बॉर्डर ते लड़ाइयां तो बिना इस देश विच होर भी कई लड़ाइयां ने जिन्हां नाल लड़ना बहुत जरूरी है गल रही सिर चुकाउण दी ਤਾਂ ਤੁਹਾਡੇ ਨਾਲ ਮੈਂ ਵਾਅਦਾ ਕਰਦਾ ਕਿ ਜ਼ਿੰਦਗੀ ਚ ਇੱਕ ਦਿਨ ਇਹੋ ਜਿਹਾ ਕੰਮ ਜ਼ਰੂਰ ਕਰੂੰਗਾ ਕਿ ਤੁਸੀਂ ਸਰ ਉਠਾ ਕੇ ਫਕਰ ਨਾ ਕਹਿ ਸਕਦੇ ਹੋ ਕਿ ਗੈਰੀ ਤੁਹਾਡਾ ਪੁੱਤਰ ਹੈ ਗੈਰੀ ਇੱਕ ਗੱਲ ਕਹਾਂ ਹੋਰ ਇਹ ਤੂੰ ਲੜਾਈਆਂ ਕਰਨੀਆਂ ਗੁੱਸਾ ਕਰਨਾ ਛੱਡ ਦੇ ਮੈਨੂੰ ਤਾਂ ਕਈ ਵਾਰ ਡਰ ਲੱਗਦਾ ਹੈ ਕਿ ਇਹਨਾਂ ਕਰਕੇ ਆਪਾਂ ਅੱਡ ਨਾ ਹੋ ਜਾਈਏ ਨਫ਼ਰਤ ਹੋ ਗਈ ਤੇਰੇ ਤੋਂ
अज तो बाद तेनू मैं अपनी शक्ल भी नहीं विखानी। कानून की लड़ाई तो मैं लड़ ही रहा, पर एक लड़ाई मैं अपने आप नाल भी लड़ रहा। सजा नहीं, इंसान का पछतावा ही इंसान का दिल साफ कर सकता है। ते मैनू तुहाड़ी अखां विचों सच दिसदा है। Good night. Simran. हाँ? Thank you. अपने आनु thank you नहीं कही दा उन्दा। ओ, 10 मिनट रह गए, जे कुछ होर ऑर्डर करना कर लो यार। खड़ जा, इड्डा काला ना हो, जे ज्योति मैडम दे पीरियड च टाइम हैगा। ओ पुट्ठी सोच, जिहड़े प्रोफेसरां दीआं क्लासां मिस कीतीआं ने उहनां दा उधार चुकाउणा। फ्राइडे पिंड जाणा है यार। ते वैसे मैं भी हुण जा रही हां। किथे? मैं कैनेडा जा रही हां नेक्स्ट संडे। क्यों? मेरा मतलब एकदम इन्नी छेती क्यों तुसीं कैनेडा जा रहे हो? जिन्ना वक्त सोच के आई सी उस तों वध टाइम गुजर गया, हुण इक दिन जाणा तां है ही ना। ठीक है फिर, सिमरन नु देवांगे आपां इक फेयरवेल पार्टी ते लावांगे रौनकां। पार्टी तां बणदी है यार, पर ड्राई डे देख लियो। फेयरवेल पार्टी? फिर झाड़ू लाउणा पैजे। मैं एक मिनट हुणे आया, गल करनी सी। सानू बोलना चाहीं? मैं क्यों भुलांगी तुहानू? मैं बीयर बूर नहीं पीनी, ओए विस्की पीनी है। जिहड़ी मर्जी पीण दी गल करी जा। पिछली बार भी यार ड्राई डे वाले दिन बीयर पियाती सी, ओ भी स्कॉच दे रेट ते, झाड़ू मारना पिया बीयर पी के। मैं नहीं पींदा, मैनूं दस्सां। जी तुसी कॉल करना आई सी ना बाहर? मिली नहीं। कोशिश करके तो देखो, शायद मिल जावे। मेरी किस्मत अक्सर दिल्ली है, साथ नहीं देती। जो करना चाहना वो हुंदा नहीं, और जो मैं चाहना वो मेरे तो दूर हो जाता है। कोई भी दूरी ऐसी नहीं जो तय ना कीती जा सके। मैं भी तो सात समंदर तय करके इत्थे आई सी। हुण वापस भी ता जा रहे हो? मैं कोई गुजरा वक्त नहीं जो वापस ना सका। फिर? वैसे मैं तो तुहानू मेरा मतलब तुहानू सारिआं नू बहुत याद करांगी। फिर तुसी वापस आओगे? पक्का। तुसी मैनू अपनी ईमेल आईडी दे दो, विल कीप इन टच। मैं अक्सर देखा डायरी तुसी कुछ लिखते रहंदे हो, की लिखते रहंदे हो? मैं अपनी डायरी चो सारिआं चीजां लिखदी हां जो मेरे दिल नू छू जांदियां ने। ਤੁਸੀਂ ਐਡਾ ਵੀ ਕਹਿ ਸਕਦੇ ਹੋ ਕਿ ਉਹ ਡੈਰੀ ਮੇਰਾ ਹਾਲੇ ਦਿਲ ਹੈ। ਐ ਨਾ ਕਹੋ ਜੀ, ਜੇ ਪਤਾ ਲੱਗ ਗਿਆ ਨਾ ਕਿ ਇਸ ਡੈਰੀ ਤੁਹਾਡਾ ਦਿਲ ਹੈ ਤਾਂ ਕਿਸੇ ਨੇ ਜ਼ਰੂਰ ਚੋਰੀ ਕਰ ਲੈਣੀ ਹੈ। ਤੂੰ ਵੀ ਨਾ ਉਹ ਇੱਕ ਤਾਂ ਮੈਂ ਤੇਰੀ ਨਾ ਕਹੀ ਜਾਣਾ, ਦੂਜਾ ਖਾ ਕੁੱਤੇ ਜਾਣਾ ਯਾਰ, ਹੱਦ ਹੈ ਯਾਰ। ਚੀਅਰਸ! ਆਹ ਕੀ ਯਾਰ, ਕੋਲਡ ਡਰਿੰਕ ਨਾਲ ਚੀਅਰਸ ਕਰੀ ਜਾਂਦੇ ਹੋ, ਆ ਪੱਕੀ ਤਾਂ ਲੱਗਦੇ ਦੇਖੋ ਨਾ ਕਿ ਘੁੱਟ ਯਾਰ। ਆ ਯਾਰ ਸਿਮਰਨ, ਅੱਜ ਤੈਨੂੰ ਸਾਡਾ ਸਾਥ ਦੇਣਾ ਚਾਹੀਦਾ, ਮੁੜ ਕੇ ਪਤਾ ਨਹੀਂ ਜ਼ਿੰਦਗੀ 'ਚ ਕਦੋਂ ਮਿਲਣਾ। ਨੋ ਥੈਂਕ ਯੂ, ਤੁਹਾਡੀ ਪੱਕੀ, ਤੁਹਾਨੂੰ ਮੁਬਾਰਕ, ਵੀ ਆਰ ਹੈਪੀ ਵਿਦ ਦ ਸੌਫਟ ਡਰਿੰਕਸ, ਰਾਈਟ? ਇੱਕ ਘੁੱਟ ਯਾਰ, ਇੱਕ ਮੇਰੇ ਕਰਕੇ। ਅਰੇ ਦੇਖੋ ਤੁਸੀਂ ਕੀ ਯਾਰ, ਕੀ ਅਜੀਬ ਗੱਲ ਹੈ ਯਾਰ, ਨਹੀਂ ਪੀਂਦੀਆਂ ਨਾ ਪੀਣ ਦਿਓ। ਰਾਈਟ, ਉਹ ਚੱਲ ਯਾਰ, ਕਾਹਨੂੰ ਮੱਥਾ ਮਾਰੀ ਜਾਂਦੇ, ਤੂੰ ਚੱਕ, ਤੂੰ ਵੀ ਖਿੱਚ ਚਾਹ। ਓਏ ਇੱਕ ਮਿੰਟ ਇੱਕ ਮਿੰਟ, ਸ਼ਰਤ ਇਹ ਹੈ ਕਿ ਤੈਨੂੰ ਵੀ ਜ਼ਿਆਦਾ ਬੌਟਮ ਅਪ ਕਰਨਾ ਪੈਣਾ। ਬਹੁਤ ਕੰਮ ਜਾ, ਹੋਰ ਕੋਈ ਕੰਮ ਨਹੀਂ ਰਹਿ ਗਿਆ ਮੈਨੂੰ। ਨਾ ਮੁੰਨਾ ਹੀ ਨਹੀਂ, ਓਏ ਆ ਕਿੱਥੇ ਚੱਲੀ? ਪਤਾ ਨਹੀਂ। ਕਮਨ, ਤੂੰ ਇੱਥੇ ਕਿੱਦਾਂ? ਓ ਮਾਈ ਗੋਡ, ਆਈ ਐਮ ਸੋ ਹੈਪੀ। ਭਈਆ ਕੌਣ ਸੀ? ਮੈਨੂੰ ਕੀ ਪਤਾ, ਹੋਊਗਾ ਕੋਈ ਵੀਰੇ। ਇਸੇ ਕਰਕੇ ਨਾ ਮੌਕਾ ਦੇਖ ਕੇ ਦਿਲ ਦੀ ਗੱਲ ਕਰ ਦੇਣੀ ਚਾਹੀਦੀ ਹੈ, ਟਪਾ ਲਿਆ ਨਾ ਵੇਲਾ ਹੱਥੋਂ। ਇਸੇ ਕਰਕੇ ਕਹਿਣਾ ਵੀਰ, ਬਜ਼ੁਰਗਾਂ ਦੀ ਗੱਲ ਮੰਨ ਲੈਣੀ ਚਾਹੀਦੀ ਹੈ ਟਾਈਮ ਸਿਰ। ਓਏ ਮੈਂ ਨਾ ਤੈਨੂੰ, ਜੀਡੀ ਜੀਡੀ ਰੁਕ ਜਾ। ਇਹਨੂੰ ਕੀ ਹੋ ਗਿਆ ਹੁਣ? ਤੁਸੀਂ ਲੋਕਾਂ ਦੀ ਸੁਧਰ ਨਹੀਂ ਸਕਦੇ ਨਾ।
जड़े नमक छिड़क ना जरूरी है, जाके मना के लेके आऊं यार। असी की गया यार, उठो और जाओ यार, अपनी एंजॉयमेंट खराब करनी हुंदी है। चल आ जा यार, बत्तर हो एक नंबर ऐसी तैसी होता है यार। जनानिया मगर उसके दावा चल गया। कौन सी? ही इज माई फ्रेंड फ्रॉम कैनेडा। ओ सैटरडे नाइट। ही इज माई फैमिली फ्रेंड जस्ट लाइक माई ब्रदर। ब्रदर? या ब्रदर। ओ नो, पर किधर गए यार? इन थोड़े सारे की बड़ी गलत मेंटालिटी है। जे तुसी किसी अनजान बंदे दे गल लगोगे, वो भी ओदे सामने जेड़ा तुहानू बहुत ज्यादा लाइक करता है, तां मैडम जी गड़बड़ तां होनी होनी है। ते तुसी अपने दोस्त नूं समझाओ। व्हाई आर यू टेलिंग मी? इह तुहाडी मुंडिया दी गलत आदत आ। जो तुहानू समझना चाहिदा ओह तुसी समझदे ने, और जो तुहानू नहीं समझना चाहिदा ओहनू कुछ होर ही समझ के परेशान हो जांदे ने। की होया हुण? बाइक क्यों रोकती? लो जी तुहाडीआं लाणतां सुण के मेरे बोल्डर नूं वी शर्म आ गई। पर होया की? होणा की है जी, पेंचर हो गया। हुण फिर? हुण फिर की? 11 नंबर दी बस ते चलांगे। 11 नंबर दी बस? की मतलब? ओ 11 नंबर दी बस दा मतलब है जी लेफ्ट राइट कर दे पैदल मार्च। चलो चलो, इस बार इवनिंग वॉक भी हो जाएगी। इवनिंग वॉक नहीं जी, मिडनाइट वॉक। सिमरन जी, हां जी, प्लीज मेरी एक रिक्वेस्ट मानोगे? ओके डी। मेरी किसी गोरी गारी नाली गल करवा दो जी। गोरी? क्यों, पंजाबना मिलदिया ने? पंजाबना नु रहन दो जी, नाले ना सारे पंजाब दी कुड़ियां मेरे करैक्टर बारे जानदियां ने। कुछ भी जे कोई गोरी नहीं तां ओ काली जी फ्रीकन हुंदी है ना, उहने ना नहीं करनी, उसे नाल ही गल करा दो। जॉली जी, पहला तुसी अपना करैक्टर ठीक करो, फिर एक सोहनी जी पंजाबी कुड़ी आप ही तुहानू हां कर दूगी। वैसे कमी तां कोई नहीं तुहाडे च। ओ जी बस, कुड़ी ने तां हां कर ही देनी सी, ओ तां मैं कुर्बानी दे गया जी। कुर्बानी? अब थोड़े ते जीडी दे विचालों निकल गया, नहीं थोड़ी ते मेरी गल तां। अब सॉरी जी, सॉरी सॉरी सॉरी। ਇਹ ਆਸ਼ਰਮ ਦੀ ਬਸ ਨਹੀਂ ਲੱਗਦੀ? ਲੱਗਦੀ ਤਾਂ ਆਸ਼ਰਮ ਦੀ ਹੈ ਜੀ। ਲੈ ਤਾਂ ਰੁਕੀ, ਮੈਨੂੰ ਲੱਗਦਾ ਜੀ ਰੱਬ ਨੇ ਆਪਣੀ ਸੁਣ ਲਈ। ਲੈ ਤਾਂ ਬੈਕ ਆ ਗਈ, ਮੈਂ ਤੁਹਾਨੂੰ ਕਿਹਾ ਸੀ ਨਾ ਆਪਾਂ 11 ਨੰਬਰ ਦੀ ਬਸ ਤੇ ਚੱਲਾਂਗੇ। ਲਹੋ ਆ ਗਈ। ਭੈਣ ਜੀ ਜੈ ਗੁਰਾਂ ਦੀ। ਕੀ ਗੱਲ, ਕੋਈ ਸਮੱਸਿਆ? ਮੋਟਰਸਾਈਕਲ ਪੈਂਚਰ ਹੋ ਗਿਆ ਜੀ। ਕਿੱਥੇ ਜਾਣਾ? ਆਓ ਤੁਹਾਨੂੰ ਅਸੀਂ ਛੱਡ ਦਿੰਨੇ ਆ। ਨਹੀਂ, ਅਸੀਂ ਆਪ ਹੀ ਮੈਨੇਜ ਕਰ ਲਾਂਗੇ। ਇਹ ਚ ਘਬਰਾਉਣ ਵਾਲੀ ਕੀ ਗੱਲ ਹੈ, ਸਾਡਾ ਤਾਂ ਕੰਮ ਹੀ ਸਮਾਜ ਸੇਵਾ ਦਾ, ਬਾਬਾ ਜੀ ਦੀ ਬੱਸ ਹੈ, ਜਿੱਥੇ ਵੀ ਜਾਣਾ ਤੁਹਾਨੂੰ ਅਸੀਂ ਛੱਡ ਦਿੰਨੇ ਆ। ਹਾਏ ਹਾਏ, ਦੁਆਰੇ ਸੰਤਾਂ ਦੇ, ਨਜ਼ਾਰੇ ਅੰਤਾਂ ਦੇ। ਆਖਿਰਕਾਰ ਮਹਿਮਾਨ ਹੁਣਾਂ ਨੇ ਸਾਡੀ ਮਹਿਮਾਨ ਨਵਾਜ਼ੀ ਕਬੂਲ ਤਾਂ ਕੀਤੀ। ਥੈਂਕ ਯੂ, ਸ਼ੁਕਰੀਆ ਸ਼ੁਕਰੀਆ। ਆ ਜਾ ਜਲਦੀ, ਪਾ ਛੱਡ, ਤੈਨੂੰ ਕਿਹਾ ਨਾ ਪਾ ਛੱਡ। ਦੇਖ ਤੇਰੀ ਦੁਸ਼ਮਣੀ ਮੇਰੇ ਨਾਲ, ਕੁੜੀ ਨੂੰ ਕੋਈ ਵਿੱਚ ਲੈ ਕੇ ਆਉਣਾ, ਮੇਰੇ ਨਾਲ ਗੱਲ ਕਰ। ਦੁਸ਼ਮਣੀ ਵੀ ਸਾਡੀ, ਤੂੰ ਵੀ ਸਾਡਾ, ਤੇ ਮਹਿਮਾਨ ਹੁਣੀ ਵੀ ਸਾਡੀ। ਰੋਲਾ ਕਦੋਂ ਪਾਉਣਾ? ਤੈਨੂੰ ਪਤਾ ਨੀ ਭਾਜੀ ਬਿਜੀ ਨੇ? ਪਾਗਲ ਹੋ ਗਿਆ ਬੜਾ ਸੋਹਣਾ ਭਜਦੀ ਆ ਓਏ। ਜਰਾ ਹੌਲੇ ਹੌਲੇ ਚੱਲੋ ਮੇਰੇ ਸਾਜਨਾ, ਹਮ ਵੀ ਪਿੱਛੇ ਹੈ ਤੁਮਾਰੇ। ਹੌਲੇ ਹਾਏ ਤੇ ਲੱਗੀ।
ਰਾਨੋ ਜੀ ਓਏ ਹਾਏ 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 ਮੌਕਾ ਨਹੀਂ, ਹਿੰਮਤ ਕਰ, ਉੱਠਣਾ, ਨਿਕਲਣਾ ਇੱਥੋਂ, ਪਲੀਜ਼ ਸਾਥ ਦੇ ਮੇਰਾ। ਕੁਛ ਨਹੀਂ ਹੁੰਦਾ, ਮੈਂ ਨਾਲ ਆ ਤੇਰੇ। ਹੌਸਲਾ ਰੱਖ ਸਿਮਰਨ, ਹੌਸਲਾ ਰੱਖ, ਹਿੰਮਤ ਕਰ, ਉੱਠ ਸਿਮਰਨ। ਸਿਮਰਨ ਇੱਥੋਂ ਨਿਕਲਣਾ ਪੈਣਾ, ਹਿੰਮਤ ਕਰ, ਉੱਠਣ ਦੀ ਕੋਸ਼ਿਸ਼ ਕਰ ਪਲੀਜ਼। ਸਿਮਰਨ ਉੱਠਣ ਦੀ ਕੋਸ਼ਿਸ਼ ਕਰ ਪਲੀਜ਼ ਪਲੀਜ਼, ਚੁੱਪ ਚੁੱਪ ਉੱਠ। ਤੁਸੀਂ ਇਹਦੀ ਸੇਵਾ ਕਰੋ, ਇਹਦੀ ਗੱਲ ਚ ਪਾਇਆ ਸੋਲ, ਚੰਗਾ ਨਹੀਂ ਲੱਗਦਾ, ਕੱਢੀ ਆਪਾਂ। ਤੇਰੀ ਦੁਸ਼ਮਣੀ ਮੇਰੇ ਨਾਲ, ਮੈਨੂੰ ਚਾਨੋ ਮਾਰਦੇ, ਮੇਰੇ ਟੁਕੜੇ ਟੁਕੜੇ ਕਰਦੇ, ਪਰ ਛੱਡਦੇ, ਇਹਨੂੰ ਇਹਦਾ ਕੋਈ ਕਸੂਰ ਨਹੀਂ। ਛੱਡਦੇ ਛੱਡਦੇ ਸਿਮਰਨ ਨੂੰ, ਪਛਤਾਏਗਾ ਸਾਲਿਆ, ਪਛਤਾਏਗਾ, ਪਛਤਾਏਗਾ ਸਾਲਿਆ, ਪਛਤਾਏਗਾ। ਰਾਣੇ ਚੁੱਪ, yeah.
ਗੰਦ ਬਾਹਰ ਸੁੱਟੋ ਓਏ ਹਾਏ 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 ਜ਼ਮੀਨ ਮਰ ਗਈ ਸਾਲਿਆ।
ਕੀ ਹੋਇਆ ਸਿਮਰਨ ਕਿੱਥੇ ਐਕਸੀਡੈਂਟ ਹੋਇਆ ਪਰ ਹੋਇਆ ਕੀ ਹੈ ਜੋ ਹੋਇਆ ਉਹ ਦੱਸਣ ਦੀ ਹਿੰਮਤ ਮੇਰੇ ਚ ਨਹੀਂ ਹੈ ਜੋਲੀ ਕਿੱਥੇ ਚੀਮਾ ਇੰਸਪੈਕਟਰ ਸਰਬਜੀਤ ਚੀਮਾ ਮੇਰਾ ਨਾਂ ਇਸ ਕੇਸ ਦੀ ਇਨਵੈਸਟੀਗੇਸ਼ਨ ਮੇਰੇ ਕੋਲ ਹੈ ਤੂੰ ਬਿਨਾਂ ਕਿਸੇ ਘਬਰਾਹਟ ਦੇ ਮੈਨੂੰ ਸਾਰੀ ਵਾਰਦਾਤ ਬਾਰੇ ਦੱਸ ਚਾਹ ਫੜਾ ਹੋਏ ਮੈਂ ਉਹਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਬਚਾਉਣ ਦੀ ਕੋਸ਼ਿਸ਼ ਕੀਤੀ ਨਹੀਂ ਨਹੀਂ ਤੂੰ ਤੂੰ ਕਾਕਾ ਸਾਰੀ ਵਾਰਦਾਤ ਦੱਸ ਵੀ ਇਹ ਬਲਾਤਕਾਰ ਹੋਇਆ ਕਿੱਥੇ ਹੈ ਕਿਵੇਂ ਹੋਇਆ ਕਦੋਂ ਹੋਇਆ ਕੀਤਾ ਕਿਹਨੇ ਬੋਲ ਬੋਲ ਬਿਨਾਂ ਝਿਜਕ ਬੋਲ ਮਿਨਿਸਟਰ ਰਾਣਾ ਦਾ ਬੇਟਾ ਕੁੰਵਰ ਰਾਣਾ ਤੈਨੂੰ ਪਤਾ ਤੂੰ ਕਿਹਦਾ ਨਾਂ ਲੈ ਰਿਹਾ ਮਿਨਿਸਟਰ ਰਾਣਾ ਦਾ ਬੇਟਾ ਕੁੰਵਰ ਰਾਣਾ ਤੇਰੇ ਵਰਗੇ ਦੀਆਂ ਲੱਤਾਂ ਭਾਰ ਨਹੀਂ ਚੱਲਦੀਆਂ ਹੁੰਦੀਆਂ ਓਏ ਤੂੰ ਕਿਸੇ ਐਰੇ ਘਰੇ ਦਾ ਨਾਂ ਲੈ ਆਪਾਂ ਕੇਸ ਬੰਨੀਏ ਤੇ ਅੱਗੇ ਤੋਰੀਏ ਮਿਨਿਸਟਰ ਰਾਣਾ ਦਾ ਬੇਟਾ ਕੁੰਵਰ ਰਾਣਾ ਤੇਰਾ ਦਿਮਾਗ ਖਰਾਬ ਹੋ ਗਿਆ ਪਿੱਛੇ ਪ੍ਰੈਸ ਰਿਪੋਰਟਰ ਖੜੇ ਨੇ ਸਰ ਇਹਨੂੰ ਸਪੈਸ਼ਲ ਵਾਰਡ ਚ ਸ਼ਿਫਟ ਕਰੋ ਜੀ ਜਨਾਬ ਸਰ ਸਰ ਕੀ ਗੱਲ ਸੀ ਮੁੰਡੇ ਦਾ ਕੋਈ ਬਿਆਨ ਨਹੀਂ ਹਲੇ ਹਲੇ ਕਿੱਥੇ ਬਿਆਨ ਬਿਆਨ ਦੇਣ ਦੀ ਉਹ ਹਾਲਤ ਦੇ ਵਿੱਚ ਨਹੀਂ ਹੈ ਮੇਰਾ ਖਿਆਲ ਉਹ ਇਸ ਸ਼ਾਕਡ ਦਿਮਾਗੀ ਤੌਰ ਤੇ ਉਹ ਬਹੁਤ ਪਰੇਸ਼ਾਨ ਹੈ ਔਰ ਸਾਡੇ ਮੁਲਾਜ਼ਮ ਪਹਿਰਾ ਦੇ ਰਹੇ ਨੇ ਦੋ ਤਿੰਨ ਦਿਨ ਆਰਾਮ ਕਰਨ ਤੋਂ ਬਾਅਦ ਜਦੋਂ ਉਹ ਇਹ ਸਲਾਹ ਚ ਹੋਏਗਾ ਕਿ ਉਹ ਬਿਆਨ ਦੇ ਸਕੇ ਜ਼ਰੂਰ ਦਰਜ ਕਰਾਂਗੇ ਔਰ ਜਦੋਂ ਬਿਆਨ ਦੇਗਾ ਤੁਹਾਨੂੰ ਦੱਸ ਦੇਗਾ ਮੇਰਾ ਬਸ ਚਲੇ ਤੇ ਮੈਨੂੰ ਗੋਲੀ ਮਾਰ ਗਿਆ ਪ੍ਰੇਮ ਚੋਪੜਾ ਤੋਂ ਬਾਬਾ ਪ੍ਰੇਮਾਨੰਦ ਬਣਨ ਲਈ ਮੈਨੂੰ 40 ਸਾਲ ਲੱਗੇ ਤੇ ਅੱਜ ਇਸੀ ਆਸ਼ਰਮ ਦੀ ਤਾਕਤ ਔਰ ਇਸੀ ਆਸ਼ਰਮ ਦੀ ਵਜ੍ਹਾ ਨਾਲ ਮੈਂ ਤੁਹਾਡੇ ਵਰਗਿਆਂ ਨੂੰ ਕੁਰਸੀ ਤੇ ਬਿਠਾ ਸਕਿਆ ਅੱਜ ਇਹਨਾਂ ਨਲਾਇਕਾਂ ਨੇ ਸਾਰਾ ਕੁਛ ਦਾਅ ਤੇ ਲਗਾ ਦਿੱਤਾ ਹੈ ਬਾਬਾ ਜੀ ਤੁਸੀਂ ਬਿਲਕੁਲ ਫਿਕਰ ਨਾ ਕਰੋ ਮੈਂ ਸਭ ਸੰਭਾਲ ਲਵਾਂਗਾ ਕਿਉਂ ਫਿਕਰ ਕਰ ਰਹੇ ਹੋ ਤੁਸੀਂ ਓਏ ਆਪਣੇ ਗੰਦੇ ਕੰਮਾਂ ਲਈ ਇਹਨਾਂ ਨੇ ਆਸ਼ਰਮ ਦੀ ਗੱਡੀ ਵਰਤ ਕੇ ਆਸ਼ਰਮ ਦਾ ਨਾਂ ਇਹ ਕੇਸ ਦੇ ਨਾਲ ਜੋੜ ਦਿੱਤਾ ਹੈ ਕੇਸ ਬਹੁਤ ਦੂਰ ਤੱਕ ਜਾਏਗਾ ਬਹੁਤ ਦੂਰ ਤੱਕ ਜਾਏਗਾ ਤੈਨੂੰ ਜ਼ਰਾ ਵੀ ਅਹਿਸਾਸ ਹੈ ਕੀ ਬਿਆਨ ਦੇ ਰਿਹਾ ਤੂੰ ਇਸ ਕੇਸ ਵਿੱਚ ਮਿਨਿਸਟਰ ਰਾਣਾ ਤੇ ਆਸ਼ਰਮ ਦਾ ਨਾਂ ਘੜੀਸ ਰਿਹਾ ਸਰ ਇਹ ਕੇਸ ਹੋਊਗਾ ਤੁਹਾਡੇ ਲਈ ਪਰ ਮੇਰੀ ਤੇ ਸਿਮਰਨ ਦੀ ਹੱਡ ਬੀਤੀ ਹੈ ਸਰ ਮੈਂ ਕਿਸੇ ਮਿਨਿਸਟਰ ਜਾਂ ਆਸ਼ਰਮ ਦਾ ਨਾਂ ਨਹੀਂ ਲੈ ਰਿਹਾ ਮੈਂ ਮੁਜਰਮ ਦਾ ਨਾਂ ਲੈ ਰਿਹਾ ਸਰ ਉਹ ਕਿਸ ਦਾ ਬੇਟਾ ਉਹਨੇ
किस दी गड्डी च रेप किया। मैनू नहीं लगता कि तुहानू इस गल का कोई फर्क पैना चाहिए। सिस्टम ते कानून च बहुत फर्क हुंदा है। जो भी बोली सोच समझ के बोली। तुसी धमका रहे हो सर? नहीं, मशवरा है तेरे लिए, क्योंकि तू जो भी बोलेगा कोर्ट विच साबित करना पैना है। तू इत्थे की कर रही है? जिन्हां दे नाल सब होया है उदों नूं मेरे दोस्त ने डाड़ी। जे तेरे दोस्त ने तां पता लैके सिद्धी करे। एक्सक्यूज मी सर, तुसीं बयान क्यों नहीं दर्ज करदे? नाले जॉली नूं लागे इत्थे क्यों रख्या होया? पुलिस अपना काम कर रही है, कुछ फॉर्मेलिटीज ने, पूरे हुंदे ही रिपोर्ट दर्ज हो जाएगी। की होया? पुलिस जॉली नूं मेंटली टॉर्चर कर रही है, उस दी आवाज नूं दबाना चाहुंदे ने। हुण सानूं ही उहदी आवाज बनना पऊ। सिमरन रेप केस दे विच अज इस केस दे चशमदीद गवाह जसकरण सिंह उर्फ जौली दे दोस्तां ने अज पहली बार प्रेस दे नाल गलबात कीती। उन्हां दा कहना है कि पुलिस ते प्रशासन उन्हां दा साथ नहीं दे रहा। अज पूरे 4 दिन हो गए, कोई FIR दर्ज नहीं हुई और इस घटना दे चशमदीद गवाह साडे दोस्त जौली नूं पुलिस ने गैर कानूनी तौर नाल फड़िया होया। इस केस विच जरूर किसे वड्डे बंदे दा हत्थ है, जो सिर्फ जौली दस सकदा है। और 2-4 दिनां तक जे जौली नूं पुलिस दे सामने ना लिआंदा, असीं सड़कां ते उतरांगे, धरने लावांगे, प्रदर्शन करांगे। केस विच तेजौली दे हक विच माता जलकौर यूनिवर्सिटी स्टूडेंट्स दे रोष अगे आखिरकार पंजाब पुलिस नु चुकना ही पया। कहा जा रहा है कि कल जौली नु मीडिया सामने पेश किता जावेगा। जौली जी, की तुहाडा बयान दर्ज होया है? हां, मीडिया दे दबा करके कल रात पुलिस ने मेरा बयान दर्ज किया है। ते जौली जी, की तुसी सानू आरोपियां दे नाम दस सकदे हो? हां, मैं तुहानू नो मोर क्वेश्चंस प्लीज ले जाओ इनू। सानू पूरा विश्वास है कि पुलिस इन दोषियों ने मिली हुई है, क्योंकि 100 बारी मंगण ते भी सानू FIR दी कापी नहीं मिली। चाहुंदे कि इस केस विच जो दोषी है लोकां दे सामने ना आउण। पर सर जी, जल्दी चलो, सिमरन दी हालत बहुत खराब। सर चशमदीद गवाह जसकरण सिंह उर्फ जौली नूं मीडिया ते पब्लिक दे प्रेशर करके कल कोर्ट दे सामने पेश कीता जाएगा। ते दूजे पासे सिमरन हाले भी जिंदगी ते मौत दे नाल लड़दे हुए कोमा विच ही है। भाई करो, मैं तुहाडा शुक्रगुजार हां कि तुसीं मैनूं बोलण दा मौका दित्ता। मैं उस मुजरिम दा नाम चीख चीख के पुलिस वालिआं नूं दस्सिआ, पर कोई असर नहीं होया इहनां ते। किहड़ा नाम? मिनिस्टर राणा दा मुंडा कुंवर राणा। उसने सिमरन नाल जो किया उन्हें बयान करते भी मेरी रूह कंब जाती है। जान साहब, उसके हाथ पैर तोड़े गए, उन्हें लुलान किया, कुटिया, मारिया, बलात्कार किया गया। ਸਾਡੀਆਂ ਰਿਸ਼ਤੇਦਾਰੀਆਂ
ਸਕੂਲਾਂ ਕਾਲਜਾਂ ਚ ਅਧਿਆਪਕਾਂ ਦੇ ਰੂਪ ਚ ਜੋ ਸਾਲ ਦੋ ਸਾਲ ਤਿੰਨ ਸਾਲ ਚਾਰ ਸਾਲ ਦੀਆਂ ਛੋਟੀਆਂ ਛੋਟੀਆਂ ਬੱਚੀਆਂ ਤੱਕ ਨੂੰ ਵੀ ਨਹੀਂ ਬਚਦੇ। ਜੇ ਕਾਨੂੰਨ ਨੇ ਇਹਨਾਂ ਕੀੜਿਆਂ ਨੂੰ ਮਾਰਨ ਲਈ ਸਖ਼ਤ ਦਵਾਈ ਦਾ ਪ੍ਰਬੰਧ ਨਾ ਕੀਤਾ ਤਾਂ ਲੋਕਾਂ ਨੂੰ ਮਜਬੂਰਨ ਕਾਨੂੰਨ ਆਪਣੇ ਹੱਥਾਂ ਚ ਲੈਣਾ ਪਏਗਾ। ਜੱਜ ਸਾਹਿਬ, ਮੇਰੀ ਤੁਹਾਡੇ ਅੱਗੇ ਇਹੀ ਬੇਨਤੀ ਹੈ ਕਿ ਇਹਨਾਂ ਲਈ ਸਖ਼ਤ ਕਾਨੂੰਨ ਬਣਾਓ, ਨਹੀਂ ਤਾਂ ਮੈਨੂੰ ਲੱਗਦਾ ਕਿ ਸਹੀ ਨੇ ਉਹ ਲੋਕ ਜਿਹੜੇ ਧੀਆਂ ਨੂੰ ਆਪਣੀਆਂ ਕੁੱਖਾਂ ਚ ਮਾਰ ਦਿੰਦੇ ਨੇ। ਸਹੀ ਨੇ ਉਹ ਲੋਕ, ਸਹੀ ਨੇ ਉਹ ਲੋਕ। ਸਿਮਰਨ ਰੇਪ ਕੇਸ ਵਿੱਚ ਇੱਕ ਬਹੁਤ ਵੱਡੀ ਖਬਰ ਸਾਹਮਣੇ ਆਈ ਹੈ। ਇਸ ਕੇਸ ਦੇ ਚਸ਼ਮਦੀਦ ਗਵਾਹ ਜਸਕਰਨ ਸਿੰਘ ਉਰਫ ਜੌਲੀ ਨੇ ਕੋਰਟ ਦੇ ਸਾਹਮਣੇ ਵੁਮੈਨ ਐਂਡ ਚਾਈਲਡ ਵੈਲਫੇਅਰ ਮਿਨਿਸਟਰ ਪ੍ਰਤਾਪ ਸਿੰਘ ਰਾਣਾ ਦੇ ਬੇਟੇ ਕੰਵਰ ਸਿੰਘ ਰਾਣਾ ਦਾ ਨਾਮ ਲੈ ਕੇ ਸਿਆਸੀ ਗਲਿਆਰੇ ਵਿੱਚ ਖਲਬਲੀ ਮਚਾ ਦਿੱਤੀ ਹੈ। ਮੀਡੀਆ ਨੇ ਕੰਵਰ ਸਿੰਘ ਰਾਣਾ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਦੇ ਨਾਲ ਸੰਪਰਕ ਨਹੀਂ ਹੋ ਸਕਿਆ। ਪਰ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਪ੍ਰਤਾਪ ਸਿੰਘ ਰਾਣਾ। ਰਾਣਾ ਸਾਹਿਬ, ਤੁਸੀਂ ਸਾਰੇ ਮਾਮਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਉਸ ਲੜਕੀ ਨਾਲ ਜੋ ਕੁਝ ਵੀ ਹੋਇਆ ਉਸਦਾ ਮੈਨੂੰ ਤੇ ਮੇਰੀ ਪਾਰਟੀ ਨੂੰ ਬਹੁਤ ਦੁੱਖ ਹੈ, ਪਰ ਮੈਂ ਕਹਿਣਾ ਚਾਹੁੰਦਾ ਕਿ ਇਹ ਸਭ ਵਿੱਚ ਮੇਰੇ ਬੇਟੇ ਨੂੰ ਫਸਾਇਆ ਜਾ ਰਿਹਾ ਹੈ ਤੇ ਇਹ ਸਭ ਆਪੋਜੀਸ਼ਨ ਦੀ ਇੱਕ ਚਾਲ ਹੈ ਸਾਡੀ ਪਾਰਟੀ ਦੀ ਇੱਜ਼ਤ ਤੇ ਧੱਬਾ ਲਾਉਣ ਲਈ। ਹੁਣੇ ਤੁਸੀਂ ਸੁਣਿਆ ਮਿਨਿਸਟਰ ਪ੍ਰਤਾਪ ਸਿੰਘ ਰਾਣਾ ਨੂੰ। ਸਿਮਰਨ ਰੇਪ ਕੇਸ ਦੇ ਚਸ਼ਮਦੀਦ ਗਵਾਹ ਜਸਕਰਨ ਸਿੰਘ ਉਰਫ ਜੌਲੀ ਵੱਲੋਂ ਪੁਲਿਸ ਤੇ ਪ੍ਰਸ਼ਾਸਨ ਦੇ ਖਿਲਾਫ ਲਗਾਏ ਗਏ ਇਲਜ਼ਾਮਾਂ ਨੇ ਸਰਕਾਰ ਨੂੰ ਮੁਸੀਬਤ ਵਿੱਚ ਪਾ ਦਿੱਤਾ ਹੈ। ਅਦਾਲਤ ਦੇ ਹੁਕਮਾਂ ਮਗਰੋਂ ਆਖਿਰਕਾਰ ਜੌਲੀ ਨੂੰ ਗੈਰ ਕਾਨੂੰਨੀ ਕਸਟਡੀ ਵਿੱਚੋਂ ਰਿਹਾਈ ਮਿਲ ਗਈ ਹੈ। ਸੀਐਮ ਸਾਹਿਬ ਨੂੰ ਕਹਿ ਕੇ ਸਮਝਾਓ ਨਾ ਯਾਰ, ਦੋ ਚਾਰ ਦਿਨ ਦੀ ਗੱਲ ਹੈ, ਟਾਈਮ ਨਾਲ ਸਾਰੀਆਂ ਗੱਲਾਂ ਠੰਡੀਆਂ ਹੋ ਜਾਂਦੀਆਂ ਨੇ। ਸੀਐਮ ਸਾਹਿਬ ਸਭ ਕੁਝ ਸਮਝਦੇ ਨੇ, ਬਾਕੀ ਤੁਸੀਂ ਆਪ ਸਿਆਣੇ ਹੋ। ਇਹ ਆਪੋਜੀਸ਼ਨ ਵਾਲੇ, ਮੀਡੀਆ ਵਾਲੇ ਤੇ ਪਬਲਿਕ ਨੂੰ ਕੌਣ ਸਮਝਾਵੇ? ਪ੍ਰੇਮਾਨੰਦ ਬੋਲ ਰਿਹਾ। ਬਾਬਾ ਜੀ ਪੈਰੀ ਪੈਨੇ ਆ ਜੀ, ਅੱਜ ਦਾਸ ਨੂੰ ਕਿਵੇਂ ਯਾਦ ਕਰ ਲਿਆ ਜੀ ਤੁਸੀਂ? ਯਾਦ ਤੇ ਮੈਂ ਤੁਹਾਨੂੰ ਕਰਵਾਉਣਾ ਸੀ ਸਰਕਾਰਾਂ ਵਾਲਿਓ, ਇਹ ਤੁਹਾਡੇ ਸਾਹਮਣੇ ਖੜੇ ਜਿਹੜੇ ਰਾਣਾ ਜੀ ਤੇ ਤੁਹਾਡੀ ਕੈਬਨਿਟ ਦੇ ਪੰਜ ਹੋਰ ਮਿਨਿਸਟਰ ਉਹ ਕੁਰਸੀਆਂ ਤੇ ਬੈਠੇ ਨੇ ਸਿਰਫ ਆਸ਼ਰਮ ਦੀਆਂ ਵੋਟਾਂ ਕਰਕੇ। ਬਾਬਾ ਜੀ ਅਸੀਂ ਭਲਾ ਤੁਹਾਡੀ ਕਿਰਪਾ ਨੂੰ ਕਿਵੇਂ ਭੁੱਲ ਸਕਦੇ ਹਾਂ ਜੀ? ਜੇ ਭੁੱਲ ਵੀ ਗਏ ਤਾਂ ਇਹਨਾਂ ਯਾਦ ਰੱਖਣਾ, ਇਲੈਕਸ਼ਨ ਤੋਂ ਪਹਿਲਾਂ ਦੋਨੋਂ ਪਾਰਟੀਆਂ ਦੇ ਮੰਤਰੀ ਹੱਥ ਜੋੜ ਕੇ ਮੇਰੇ ਕੋਲ ਆਉਂਦੇ ਨੇ। ਹਾਂ ਓ ਮਰਿੰਗ ਸ਼ਨਿਕ ਪਸ਼ੋਤਮਾ ਨਮਾ। ਅੱਛਾ ਬਾਬਾ ਜੀ ਪੈਰੀ ਪੈਨੇ ਆ ਜੀ। ਬਾਬਾ ਜੀ ਦਾ ਫੋਨ ਸੀ? ਦੁੱਖ ਨਾ ਠੀ ਸੁਖ ਸਹਿਜ ਸਮਾਏ, ਦੁੱਖ ਨਾ ਠੀ ਸੁਖ ਸਹਿਜ ਸਮਾਏ, ਆਨੰਦ ਆਨੰਦ ਗੁਣ ਗਾਇਆ ਠਾਕੁਰ ਤੁਮ ਸਰਨਾਈ ਆਇਆ। ਡਾਕਟਰ ਸਾਹਿਬ ਕੀ ਹਾਲਤ ਹੈ ਸਿਮਰਨ ਦੀ? ਇਹ ਵਾਕਈ ਚਮਤਕਾਰ ਹੋਇਆ, ਸ਼ੀ ਇਜ਼ ਆਊਟ ਆਫ ਕੋਮਾ ਨਾਊ। ਜੀ ਤੇ ਕਦ ਤੱਕ ਆਪਣਾ ਬਿਆਨ ਦਰਜ ਕਰਵਾ ਪਾਏਗੀ ਸਿਮਰਨ? ਫਿਲਹਾਲ ਅਸੀਂ ਅਗਲੇ 24 ਘੰਟੇ ਉਹਨੂੰ ਆਬਜ਼ਰਵੇਸ਼ਨ ਵਿੱਚ ਰੱਖਾਂਗੇ, ਉਸ ਤੋਂ ਬਾਅਦ ਹੀ ਕੁਝ ਪਤਾ ਚੱਲ ਸਕਦਾ। ਹੁਣੇ ਤੁਸੀਂ ਸਿਮਰਨ ਦੇ ਡਾਕਟਰ ਨੂੰ ਲਾਈਵ ਸੁਣਿਆ। ਆਉਣ ਵਾਲੇ 24 ਘੰਟੇ ਸਿਮਰਨ ਦੇ ਦੋਸਤਾਂ ਅਤੇ ਦੁਸ਼ਮਣਾਂ ਦੇ ਲਈ ਬਹੁਤ ਭਾਰੀ ਹੋਣਗੇ ਤੇ ਦੇਸ਼ ਦੇ ਕੋਨੇ ਕੋਨੇ ਦੇ ਵਿੱਚ ਸਿਮਰਨ ਰੇਪ ਕੇਸ ਦੇ ਮੁਜਰਿਮਾਂ ਨੂੰ ਸਜ਼ਾ ਦਿਵਾਉਣ ਲਈ ਪ੍ਰਦਰਸ਼ਨ ਤੇ ਕੈਂਡਲ ਮਾਰਚ ਹੋ ਰਹੇ ਨੇ। ਪੂਰਾ ਦੇਸ਼ ਸਿਮਰਨ ਦੀ ਸਲਾਮਤੀ ਲਈ ਦੁਆਵਾਂ ਕਰ ਰਿਹਾ ਹੈ। ਵੈਸੇ ਫਿਕਰ ਕਰਨ ਦੀ ਲੋੜ ਨਹੀਂ ਹੈ ਬਾਬਾ ਜੀ, ਮੈਂ ਪਤਾ ਕਰਵਾਇਆ। ਉਸ ਕੁੜੀ ਦੇ ਬਚਪਨ 'ਚ ਹੀ ਮਾਤਾ ਪਿਤਾ ਦਾ ਐਕਸੀਡੈਂਟ ਹੋ ਗਿਆ ਸੀ, ਮਾਰੇ ਗਏ ਸੀ। ਹੋਰ ਕੋਈ ਉਹਦੇ ਅੱਗੇ ਪਿੱਛੇ ਹੈ ਹੀ ਨਹੀਂ ਤੇ ਰੌਲਾ ਪਾਉਣ ਵਾਲਾ ਕੋਈ ਹੈਗਾ ਹੀ ਨਹੀਂ। ਉਹ ਮੇਰੀ ਕੱਲ ਹੋਮ ਮਿਨਿਸਟਰ ਨਾਲ ਗੱਲ ਹੋਈ ਸੀ। ਅੱਛਾ, ਕੈਨੇਡਾ ਗਵਰਨਮੈਂਟ ਨੇ ਪ੍ਰੈਸ਼ਰ ਪਾ ਰੱਖਿਆ। ਓਹੋ, ਮੀਡੀਆ ਨੇ ਇਹ ਕੇਸ ਨੂੰ ਪਹੁੰਚ ਚੁੱਕਿਆ। ਡਰ ਜੀ ਮੈਂ ਕਹਿੰਦਾ ਤੁਸੀਂ ਡਾਇਰੈਕਟ ਗੱਲ ਕਰੋ ਸੀਐਮ ਦੇ ਨਾਲ। ਓਏ ਚੁੱਪ ਕਰ ਓਏ, ਰੇਪ ਕਰਨ ਤੋਂ ਪਹਿਲਾਂ ਸੀਐਮ ਨਾਲ ਗੱਲ ਕੀਤੀ ਸੀ ਤੂੰ? ਤੂੰ ਚੁੱਪ ਰਹਿ, ਚੁੱਪ ਰਹਿ। ਹੁਣ ਤੇ ਮੈਨੂੰ ਕੁਝ ਕਰਨਾ ਪਏਗਾ। ਓਮ ਰਿੰ ਸ਼ਰਿੰ ਪਰਸ਼ੋਤਮਾਏ ਨਮਾ। ਮੈਨੂੰ ਹੁਣ ਤੱਕ ਵੀ ਯਕੀਨ ਨਹੀਂ ਆ ਰਿਹਾ। ਮੈਂ ਆਪਣੇ ਆਪ ਨੂੰ ਇੰਨਾ ਹੈਲਪਲੈਸ ਮਹਿਸੂਸ ਕਰ ਰਿਹਾ। ਤੁਸੀਂ ਘਬਰਾਓ ਨਾ, ਸਭ ਕੁਝ ਠੀਕ ਹੋ ਜਾਊ।
ਉਹਨਾਂ ਮੁਜਰਿਮਾਂ ਨੂੰ ਸਜ਼ਾ ਜ਼ਰੂਰ ਮਿਲੂਗੀ। ਪਲੀਜ਼ ਤੁਸੀਂ ਬੋਲੋ ਨਾ, ਤੁਸੀਂ ਪਲੀਜ਼ ਬੋਲੋ ਨਾ, ਡੈਰੀ ਮੈਂ ਲੈ ਆਉਂਗਾ। ਤੁਸੀਂ ਪਲੀਜ਼ ਹੁਣ ਬਾਹਰ ਚੱਲੋ, ਇਹਨਾਂ ਦੀ ਦਵਾਈ ਦਾ ਸਮਾਂ ਹੋ ਗਿਆ। ਕਿੱਥੇ ਹੈ? 913। ਤੁਸੀਂ ਰੁਕੋ, ਮੈਂ ਨਾ ਸਿਮਰਨ ਦੇ ਗੈਸਟ ਹਾਊਸ ਜਾ ਕੇ ਡਾਇਰੀ ਲੈ ਆਵਾਂ। ਤੂੰ ਇੱਥੇ ਰੁਕ ਜਾ, ਅਸੀਂ ਦੋਨੋਂ ਚੱਲ ਜਾਂਦੇ ਹਾਂ। ਨਹੀਂ ਯਾਰ, ਮੈਂ ਆਪ ਲੈ ਕੇ ਆਉਣਾ, ਤੁਸੀਂ ਰੁਕੋ ਪਲੀਜ਼। ਸ਼ੁਕਰ ਹੈ ਯਾਰ, ਸਿਮਰਨ ਕੋਮਾ ਚੋਂ ਬਾਹਰ ਆ ਗਈ। ਬਸ ਹੁਣ ਇੱਕ ਵਾਰ ਉਹਦਾ ਬਿਆਨ ਦਰਜ ਹੋ ਜਾਏ। ਬੈੱਡ ਦੇ ਪਏ ਹੋਏ ਥੱਕ ਕੇ ਹੋ, ਬਾਹਰ ਬਹੁਤ ਠੰਡੀ ਹਵਾ ਚੱਲ ਰਹੀ ਹੈ, ਘੁੰਮਣ ਚੱਲਦੇ ਆ? ਕਿਉਂ ਬਾਬਾ ਜੀ? ਸਤ ਵਚਨ ਜੀ, ਆਰਾਮ ਨਾਲ ਬਾਬਾ ਜੀ, ਕੋਈ ਤਕਲੀਫ ਨਾ ਹੋਵੇ। ਸਾਹ ਲੈਣ ਤਕਲੀਫ ਹੋ ਰਹੀ ਹੈ, ਦਰਦ ਹੋ ਰਿਹਾ ਹੈ। ਆਪਾਂ ਬਾਹਰ ਚੱਲਦੇ ਹਾਂ, ਖੁੱਲੀ ਹਵਾ ਚ ਬਹੁਤ ਤਾਜ਼ੀ ਹਵਾ ਚੱਲ ਰਹੀ ਹੈ। ਮੈਂ ਤੁਹਾਨੂੰ ਵਿਸ਼ਵਾਸ ਦਿਲਾਨਾ ਕਿ ਇਸ ਤੋਂ ਬਾਅਦ ਤੁਹਾਨੂੰ ਕੋਈ ਤਕਲੀਫ ਨਹੀਂ ਹੋਏਗੀ। ਤੁਸੀਂ ਵੀ ਖੁਸ਼, ਤੁਹਾਡਾ ਪਰਿਵਾਰ ਵੀ ਖੁਸ਼, ਹੋਰ ਸਭ ਤੋਂ ਵੱਡੀ ਗੱਲ ਅਸੀਂ ਖੁਸ਼। ਚਲੋ ਬਾਬਾ ਜੀ, ਆਓ ਚੱਲੀਏ, ਆਓ, ਬਹੁਤਾ ਰੌਲਾ ਪਾਉਣ ਦੀ ਲੋੜ ਨਹੀਂ। ਚੱਲ ਯਾਰ ਉੱਪਰ ICU ਦੇ ਬਾਹਰ ਬੈਠਦੇ ਆ।
ਡਾਕਟਰ ਡਾਕਟਰ ਨੂੰ ਬੁਲਾਓ ਸੁਸਾਈਡ ਕੰਪਲੀਟਲੀ ਸੁਸਾਈਡ ਉਦੋਂ ਤੱਕ ਠੀਕ ਸੀ ਵਿਚਾਰੀ ਜਦੋਂ ਤੱਕ ਕੋਮਾ ਚ ਸੀ ਬਸ ਹੋਸ਼ ਆਇਆ ਬੇਇੱਜ਼ਤੀ ਤੇ ਦਰਦ ਦੀ ਮਾਰ ਨਹੀਂ ਚੱਲ ਸਕੀ ਸੁਸਾਈਡ ਕੰਪਲੀਟਲੀ ਸੁਸਾਈਡ ਜੀ ਖੁਸ਼ੀਆਂ ਮਨਾਉਣ ਵਾਲੀ ਕੋਈ ਗੱਲ ਨਹੀਂ ਹੈ ਕਿਉਂ ਬਾਬਾ ਜੀ ਫਿਲਹਾਲ ਉਹ ਲੜਕੀ ਮਰੀ ਹੈ ਇਸ ਰੇਪ ਦਾ ਚਸ਼ਮੇਦੀਦ ਗਵਾਹ ਅਲੀ ਵੀ ਜ਼ਿੰਦਾ ਹੈ ਉਹਦੀ ਜ਼ਬਾਨ ਬੜੀ ਲੰਬੀ ਹੈ ਬਾਬਾ ਜੀ ਮੇਰੇ ਰਹਿੰਦੇ ਤੁਸੀਂ ਕਿਉਂ ਫਿਕਰ ਕਰਦੇ ਹੋ ਐਵੇਂ ਹਾਂ ਕਿਉਂ ਫਿਕਰ ਕਰਦੇ ਹੋ ਆਪਣੀ ਤਾਂ ਬੱਲੇ ਬੱਲੇ ਹੋ ਜੂ ਰਾਤੋ ਰਾਤ ਸਟਾਰ ਬਣ ਜਾਂਗੇ ਰਾਤੋ ਰਾਤ ਛੱਡ ਨੂੰ ਕੀ ਕਰ ਰਹੇ ਛੱਡ ਨੂੰ ਕਹਾਣੀ ਲਈ ਤੁਸੀਂ ਰਿਪੋਰਟਰ ਲੋ ਕਿਸੇ ਦਾ ਵੀ ਸਿਵਾ ਫਰੋਲ ਦਿੰਦੇ ਹੋ ਕਿਤੇ ਜਾਣਨ ਦੀ ਕੋਸ਼ਿਸ਼ ਕੀਤੀ ਹੈ ਇਸ ਜਲਦੀ ਰਾਖ ਵਿੱਚ ਕਿੰਨੇ ਅਧੂਰੇ ਸੱਚ ਤੈਅ ਕਰੇ ਨੇ ਅੱਜ ਅੰਤ ਹੋ ਗਿਆ ਇੱਕ ਹੋਰ ਬੇਟੀ ਇੱਕ ਹੋਰ ਭੈਣ ਅੱਜ ਬਲਾਤਕਾਰ ਦੀ ਬਲੀ ਚੜ ਗਈ ਆਪਣੇ ਦਰਦ ਨੂੰ ਬਰਦਾਸ਼ਤ ਨਾ ਕਰਦੇ ਹੋਏ ਸਿਮਰਨ ਚੀਮਾ ਨੇ ਹਸਪਤਾਲ ਦੀ ਛੱਤ ਤੋਂ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ ਪਰ ਕੀ ਆਤਮ ਹੱਤਿਆ ਹੀ ਸੀ ਜਾਂ ਇਸ ਵਿੱਚ ਕੋਈ ਹੋਰ ਸਾਜਿਸ਼ ਹੈ ਆਮ ਜਨਤਾ ਵਿੱਚ ਇਸ ਕੇਸ ਨੂੰ ਲੈ ਕੇ ਗੁੱਸਾ ਕਾਫੀ ਵੱਧ ਗਿਆ ਹੈ ਤੇ ਜਨਤਾ ਹੁਣ ਇਸ ਕੇਸ ਦੀ CBI ਜਾਂਚ ਕਰਾਉਣ ਦੀ ਮੰਗ ਕਰ ਰਹੀ ਹੈ ਕਾਹਨੂੰ ਭੇਜਦੀ ਯਾਰ ਬੜੀ ਸੋਹਣੀ ਸੀ ਐਵੇਂ ਅੱਜ ਦੀ ਰਾਤ ਰੱਖਦੇ ਸਾਰੀ ਰਾਤ ਆਪਣੇ ਕੋਲ ਪਈ ਸੀ ਯਾਰ ਰਹਿ ਗਈ ਆਪਾਂ ਦਾਰੂ ਦਾ ਮਜ਼ਾ ਲਈਏ ਕੀ ਹੋ ਗਿਆ ਜੀਪ ਕਿਉਂ ਰੋਕੀ ਤਾਂ ਇਹ ਕੌਣ ਨੇ ਐਵੇਂ ਲੰਡੂ ਨੇ ਸਾਲੇ ਤੂੰ ਖਿੱਚ ਫਟਾਫਟ ਪਾਗਲ ਯਾਰ ਤੂੰ ਸਰਕਾਰੀ ਗੱਡੀਆਂ ਭੰਨ ਕੇ ਤੂੰ ਕੀ ਸਾਬਤ ਕਰਨਾ ਚਾਹੁੰਦਾ ਜੋ ਸਾਡੀ ਆਵਾਜ਼ ਨੂੰ ਦਬਾਉਣਾ ਚਾਹੁੰਦੇ ਮੈਂ ਉਹਨਾਂ ਦੇ ਕੰਨਾਂ ਤੇ ਪਰਦੇ ਫਾੜ ਦੂੰਗਾ ਕਾਲਜ ਦੀ ਲੜਾਈ ਨਹੀਂ ਲਾਠੀਆਂ ਡੰਡੇ ਚੱਕੇ ਤੇ ਭਿੜ ਗਏ ਉਹਨਾਂ ਦੀ ਪਹੁੰਚ ਬਹੁਤ ਉੱਪਰ ਤੱਕ ਹੈ ਸਾਡੀ ਕਿਸੇ ਨੇ ਨਹੀਂ ਸੁਣਨੀ ਸਿਮਰਨ ਨਾਲ ਹੋਈ ਹਵਾਨੀਅਤ ਮੈਂ ਆਪਣੀ ਅੱਖਾਂ ਨਾਲ ਦੇਖੀ ਹੈ ਉਸ ਦੀਆਂ ਚੀਕਾਂ ਉਸ ਦਾ ਦਰਦ ਮਹਿਸੂਸ ਕੀਤਾ ਮੈਂ ਤੂੰ ਕੀ ਚਾਹੁੰਦਾ ਭੁੱਲ ਜਾ ਸਾਰਾ ਕੁਝ ਸੱਚ ਹੀ ਬੋਲਿਆ ਸੀ ਨਾ ਤੂੰ ਕਿਸੇ ਨੇ ਸੁਣਿਆ ਤੇਰਾ ਸੱਚ ਸਰੇਆਮ ਜੁਰਮ ਕਰਕੇ ਗੁਨੇਗਾਰ ਖੁੱਲਾ ਉਤਰਿਆ ਫਿਰਦਾ ਕਾਨੂੰਨ ਸਾਡਾ ਨਹੀਂ ਉਹਨਾਂ ਦਾ ਹੈ ਨਾਲੇ ਜਿਸ ਲਈ ਤੁਸੀਂ ਲੜਨ ਦੀ ਗੱਲ ਕਰਦੇ ਹੋ ਨਾ ਉਹ ਖੋਤਾ ਪਿੱਟ ਦਿਖਾ ਕੇ ਚੱਲ ਗਈ ਉਸਨੇ ਇਨਸਾਫ ਲਈ ਲੜਨ ਦੀ ਬਜਾਏ ਮਰਨਾ ਬਿਹਤਰ ਸਮਝਿਆ ਨਹੀਂ ਉਹ ਮਰੀ ਨਹੀਂ ਉਹਨੂੰ ਮਾਰਿਆ ਗਿਆ ਸਿਰਫ ਉਸਦੀ ਆਵਾਜ਼ ਨੂੰ ਦਬਾਉਣ ਲਈ ਇਸ ਨਾਲ ਕੀ ਫਰਕ ਪੈਂਦਾ ਯਾਰ ਉਹ ਮਰੀ ਹੈ ਜਾਂ ਮਾਰੀ ਗਈ ਹੈ ਉਸਦੀ ਮੌਤ ਦੇ ਨਾਲ ਸਭ ਕੁਝ ਖਤਮ ਹੋ ਗਿਆ ਸਭ ਕੁਝ ਜੋਲੀ ਸਮਝਾ ਜਾ ਰਿਹਾ ਇਸ ਨੂੰ
ਹੁਣ ਸੂਰਜ ਅੰਬਰੀ ਚੜ੍ਹਦਾ चुप क्यों है? चल यार बूंदिया अड़ा दी स्क्रप्ट सिस्टम दिया हुण वेखदे आ कद तक खैर मनाउंदे आ साले पुलिस दे हत्थ कुछ नवे सबूत लगे ने ओ लड़की सिमरत चीमा जिस दे नौह विच कुछ ब्लड ते स्किन दे सैंपल मिले सन जेडे जौली दे स्किन ते ब्लड दे सैंपल नाल मैच कर चुके ने इस करके साडी टीम जौली नूं गिरफ्तार करन लई निकल चुकी है गिरफ्तार करना है मैं तेन तेरी गिरफ्तारी ते वारंट ने मेरे को मैनू गिरफ्तार पर क्यों बलात्कार कीता तू मैं बलात्कार मैं तेन दस्या सी ना काका तेरे वर्गे दे लत्ता पार नहीं चल दिया हुंदिया पर तेरे वर्गे फुकरे मनते किथे ने हुण सारी उम्र बैठ के जेल दियां रोटियां तोड़ी मेरा कहा मन्या हुंदा ना नाले पंजाब च तेरी बल्ले बल्ले होनी सी ते नाले साडी फीती नीले रंग दे हो जानी सी सीधा कहो ना राणे नूं गिरफ्तार करन दी हिम्मत नहीं है तुहाडे च चुप एक लफ्ज़ भी होर नहीं बोलना मेरी किन्नी क ताकत मैं जानदा तेरे सारे टेस्ट मिल गए ने ओदे नहा चो तेरी स्किन निकली है जिहड़ी तेरी बात उतरी हुई है देखिया ना ते नाले तेरे कपड़िया तो जिन्ना भी खून मिले ना वो भी ओदे खून नाल मिलता है बलात्कार नहीं कीता तू मैंने मैं कह रहा मैं तेनू दसू तेनू छटो चुपसी च हेलो जीडी ਤੁਸੀਂ ਦਰਵਾਜ਼ਾ ਕਿਉਂ ਬੰਦ ਕੀਤਾ ਹੋਇਆ ਮੁੰਡਿਓ ਦਰਵਾਜ਼ਾ ਖੋਲੋ
ਤੁਸੀਂ ਸਾਡੇ ਸਾਹਮਣੇ ਹੋਰ ਕੋਈ ਰਸਤਾ ਨਹੀਂ ਛੱਡਿਆ ਥਾਣੇਦਾਰ ਸਾਹਿਬ, ਇਸ ਲਈ ਸਾਨੂੰ ਕਾਨੂੰਨ ਆਪਣੇ ਹੱਥਾਂ 'ਚ ਲੈਣ ਲਈ ਮਜਬੂਰ ਹੋਣਾ ਪਿਆ। ਓਏ ਵਿੱਚ ਬੈਠੇ ਕੀ ਕਰਦੇ ਹੋ? ਉੱਥੋਂ ਕੇ ਦਰਵਾਜ਼ਾ ਖਲਾਓ। ਪੁਲਿਸ ਦੀ ਵਰਦੀ ਤੇ ਹੱਥ ਪਾ ਕੇ ਤੁਸੀਂ ਚੰਗਾ ਨਹੀਂ ਕੀਤਾ। ਸ਼ਾਇਦ ਤੁਹਾਨੂੰ ਪਤਾ ਨਹੀਂ ਕਿ ਤੁਸੀਂ ਕੀ ਕਰ ਰਹੇ ਹੋ। ਇਹਦੇ ਨਤੀਜੇ ਭੁਗਤਣੇ ਪੈਣਗੇ ਤੁਹਾਨੂੰ। ਹਾਲੇ ਵੀ ਮੌਕਾ ਤੁਹਾਡੇ ਕੋਲੇ। ਗੇਟ ਖੋਲ ਦੋ। ਤੁਸੀਂ ਕਾਨੂੰਨ ਆਪਦੇ ਹੱਥ ਚ ਲੈ ਰਹੇ ਹੋ, ਮੈਂ ਤੁਹਾਨੂੰ ਦੱਸਾਂ। ਖੋਲ ਇਹਨੂੰ, ਖੋਲ ਇਹਨੂੰ। ਤੁਸੀਂ ਕਾਨੂੰਨ ਆਪਦੇ ਹੱਥ ਚ ਲੈ ਕੇ ਬੜਾ ਗੁਨਾਹ ਕਰ ਰਹੇ ਹੋ। ਮੈਂ ਦੇਖ ਲੂ ਤੁਹਾਨੂੰ। ਸਰ ਜੀ, ਚੀਮਾ ਮੇਰਾ ਨਾ, ਚੀਮਾ ਇੰਸਪੈਕਟਰ। ਮੈਂ ਤੁਹਾਨੂੰ ਕੱਲੇ ਨੂੰ ਦੇਖ ਲੂ, ਕੱਲੇ ਨੂੰ। ਤੂੰ ਛੇਤੀ ਕਰ, ਮੈਂ ਦੇਖ ਲੂ ਤੁਹਾਨੂੰ। ਦੋਸਤੋ, ਇਸ ਯੂਨੀਵਰਸਿਟੀ ਨੂੰ ਅਸੀਂ ਆਪਣਾ ਘਰ ਸਮਝਦੇ ਸੀ। ਇੱਥੇ ਜੋ ਵੀ ਬੁਰਾ ਹੋਇਆ ਉਸ ਖਿਲਾਫ ਡਟ ਕੇ ਲੜੇ ਖੜੇ ਅਸੀਂ। ਪਰ ਇਸ ਯੂਨੀਵਰਸਿਟੀ ਤੋਂ ਬਾਹਰ ਜਾ ਕੇ ਪਤਾ ਚੱਲਿਆ ਕਿ ਇਸ ਤੋਂ ਬਾਹਰ ਵੀ ਇੱਕ ਦੁਨੀਆ ਜਿੱਥੇ ਅੱਖੀ ਵੇਖੇ ਜੁਰਮ ਦੇ ਖਿਲਾਫ ਇਨਸਾਫ ਮੰਗਣ ਲਈ ਜਾਓ ਤਾਂ ਇਨਸਾਫ ਨਹੀਂ ਆ ਮਿਲਦਾ ਆ। ਸਾਡਾ ਨਾਂ ਇਸ ਯੂਨੀਵਰਸਿਟੀ ਦੇ ਨਾਲ ਜੁੜਿਆ ਹੋਇਆ। ਅਸੀਂ ਜੋ ਵੀ ਕਰਾਂਗੇ ਉਸ ਨੂੰ ਇਸ ਵਿਦਿਆ ਦੇ ਮੰਦਰ ਦੇ ਨਾਲ ਜੋੜ ਕੇ ਦੇਖਿਆ ਜਾਵੇਗਾ। ਇਸ ਲਈ ਅਸੀਂ ਇੱਥੋਂ ਜੋ ਵੀ ਸਿੱਖਿਆ, ਜੋ ਵੀ ਮਾਣਿਆ, ਕਦੇ ਭੁੱਲਾਂਗੇ ਨਹੀਂ, ਕਿਉਂਕਿ ਯੂਨੀਵਰਸਿਟੀ ਦਾ ਸਲੋਗਨ ਹੈ ਨਿਸ਼ਚੈ ਕਰ ਆਪਣੀ ਜੀਤ ਕਰੋ, ਤੇ ਅਸੀਂ ਬਸ ਉਸੇ ਤੇ ਚੱਲਾਂਗੇ। ਕੀ ਕਸੂਰ ਸੀ ਉਸ ਕੁੜੀ ਦਾ? ਇਹੀ ਕਿ ਸਿਰਫ ਉਹ ਕੈਨੇਡਾ ਤੋਂ ਪੰਜਾਬ ਦਾ ਕਲਚਰ ਦੇਖਣ ਆਈ ਸੀ? ਆਹ ਕਲਚਰ ਆਪਣੇ ਦੇਸ਼ ਦਾ ਕਿ ਬਲਾਤਕਾਰੀ ਅਜੇ ਵੀ ਸਰੇਆਮ ਘੁੰਮ ਰਹੇ ਨੇ? ਕੋਈ ਸਾਥ ਦੇ ਜਾਂ ਨਾ ਦੇ, ਅਸੀਂ ਮਰਦੇ ਦਮ ਤੱਕ ਲੜਾਂਗੇ। ਫੇਰ ਉਹ ਕਿਸੇ ਮਿਨਿਸਟਰ ਦਾ ਮੁੰਡਾ ਹੋਵੇ ਤੇ ਚਾਹੇ ਹੁਣ ਕਿਸੇ ਡੇਰਿਆਂ ਦੇ ਸੰਤ, ਬਖਸ਼ੇ ਨਹੀਂ ਜਾਣਗੇ। ਸਰ, ਜੌਲੀ ਦੇ ਫਰਾਰ ਹੋਣ ਬਾਰੇ ਕੀ ਕਹੋਗੇ? ਤਲਾਸ਼ ਜਾਰੀ ਹੈ। ਪੂਰੀ ਟੀਮ ਮਿਲ ਕੇ ਆਮ ਸਟੂਡੈਂਟ ਨੂੰ ਨਹੀਂ ਫੜ ਪਾ ਰਹੀ ਕਿ ਪੇਸ਼ੇਵਰ ਮੁਜਰਮਾਂ ਨੂੰ ਫੜ ਪਾਏਗੀ? ਮੁਜਰਮ ਪੁਰਾਣਾ ਹੋਵੇ ਜਾਂ ਨਵਾਂ, ਸਾਡਾ ਸਮਾਜ ਹੀ ਉਸ ਨੂੰ ਪੈਦਾ ਕਰਦਾ ਹੈ ਤੇ ਸਾਡਾ ਕੰਮ ਹੈ ਮੁਜਰਮਾਂ ਨੂੰ ਕਾਨੂੰਨ ਦੇ ਖਟਾਰੇ ਵਿੱਚ ਖੜਾ ਕਰਨਾ, ਤੇ ਉਹ ਅਸੀਂ ਕਰਕੇ ਰਹਾਂਗੇ। ਦੇ ਗੱਡੀ ਤੇ ਗੱਡੀ, ਦੇ ਗੱਡੀ ਤੇ ਗੱਡੀ। ਇਹ ਮਾਮੇ ਸਾਲੇ ਜ਼ਿਆਦੇ ਤੱਤੇ ਹੋਏ ਫਿਰਦੇ ਨੇ। ਤੱਤੇ ਹੋਣਗੇ ਨੀ, ਜੇ ਅਗਲਿਆਂ ਦੇ ਬੰਦੇ ਵਰਦੀਆਂ 'ਚ ਫੈਂਟੋਂਗੇ ਉਹ ਤਾਂ ਡਾਰਾਂ ਬੰਨ ਬੰਨ ਆਉਣਗੇ ਹੀ। ਆਪਣੀ ਲੜਾਈ ਕੋਈ ਮੰਡੀਰ ਨਾਲ ਨਹੀਂ, ਸਿੱਧੀ ਸਰਕਾਰ ਨਾਲ ਟੱਕਰ ਲੈ ਰਹੇ ਹਾਂ। ਜੇ ਹੁਣ ਟੱਕਰ ਲੈ ਹੀ ਲਈ ਹੈ ਤਾਂ ਫਿਰ ਸੋਚਣ ਦੀ ਕੀ ਲੋੜ ਹੈ? ਸੋਚਾਂਗੇ ਨਹੀਂ ਤੇ ਕਰਾਂਗੇ ਕਿਵੇਂ? ਤੂੰ ਕਹਿਣਾ ਕੀ ਚਾਹੁੰਦਾ? ਮੈਂ ਇਹੀ ਕਹਿਣਾ ਚਾਹੁੰਦਾ, ਜਿਸ ਰਾਹ ਤੇ ਆਪਾਂ ਚੱਲ ਰਹੇ ਹਾਂ ਉਸ ਦੇ ਹਰ ਕਦਮ ਤੇ ਮੌਤ ਹੈ। ਕੀ ਗੱਲ, ਡਰ ਲੱਗਦਾ ਹੁਣ? ਉਹ ਮੈਨੂੰ ਤਾਂ ਬਚਪਨ 'ਚ ਹੀ ਮੇਰੇ ਫਾਦਰ ਸਾਹਿਬ ਨੇ ਸਿਖਾਇਆ, ਮਰਨਾ ਕਰ ਕਬੂਲ, ਜੀਵਨ ਦੀ ਛੜਾਸ। ਜੇ ਆਸਾਂ ਟੁੱਟੀਆਂ ਤਾਂ ਹੀ ਤਾਰਾ ਚੁਣਿਆ। ਸਿਮਰਨ ਸੱਚ ਕਹਿੰਦੀ ਸੀ ਕਿ ਸਾਨੂੰ ਨਹੀਂ ਪਤਾ ਭਗਤ ਸਿੰਘ ਕੌਣ ਸੀ। ਇਸ ਮੋੜ ਤੇ ਆ ਕੇ ਪਤਾ ਚੱਲਿਆ ਕਿ ਭਗਤ ਸਿੰਘ ਕੋਈ ਇਨਸਾਨ ਨਹੀਂ, ਇੱਕ ਸੋਚ ਸੀ, ਇੱਕ ਵਿਚਾਰ ਸੀ, ਤੇ ਵਿਚਾਰ ਕਦੇ ਮਰਿਆ ਨਹੀਂ ਕਰਦੇ। ਸਾਡੀ ਲੜਾਈ ਸਿਮਰਨ ਤੇ ਜੌਲੀ ਦੀ ਲੜਾਈ ਨਹੀਂ, ਸਗੋਂ ਹੱਕ ਤੇ ਸੱਚ ਦੀ ਲੜਾਈ ਹੈ। ਇਸ ਵਿੱਚ ਜੋ ਵੀ ਹੋਊਗਾ ਮਨਜ਼ੂਰ ਹੋਊਗਾ। ਬੋਲੇ ਸੋ ਨਿਹਾਲ।
ਰਾਣਾ। ਕੁੰਵਰ ਰਾਣਾ। ਸਮਾਨ ਆ ਗਿਆ? ਸਮਾਨ ਤਾਂ ਆਇਆ ਨੀ ਬਾਈ, ਸ਼ੈਤਾਨ ਆ ਗਏ। ਕਿਹੜੇ ਸ਼ੈਤਾਨ? ਆਹੀ ਦੀਪ ਜੋਲੀ ਤੇ ਜੀਡੀ। ਕਿੱਥੇ ਨੇ? ਬਾਹਰ ਖੜੇ, ਸਿਕਿਉਰਟੀਆਂ ਰੋਕਿਆ ਹੋਇਆ। ਸਿਕਿਉਰਟੀ ਤੋਂ ਚੈੱਕ ਕਰਵਾ ਕੇ ਅੰਦਰ ਭੇਜ। ਠੀਕ ਹੈ ਬਾਈ, ਚਲੋ ਆਓ। ਕਮਾਲ ਹੋ ਗਈ, ਕਮਾਲ। ਅੱਜ ਭਗਵਾਨ ਦੇ ਘਰ ਕੀੜੀਆਂ ਆਈਆਂ ਨੇ, ਆਓ ਬੈਠੋ। ਹਾਏ ਹਾਏ, ਹਾਏ ਹਾਏ, ਹਾਏ ਹਾਏ। ਛੱਡੋ, ਦੱਸੋ ਕੀ ਪੀਓਗੇ, ਵਿਸਕੀ ਜਾਂ ਸਕੋਚ? ਹੋ ਬਾਬੇ ਹੋ, ਇਹ ਤਾਂ ਦੁੱਧ ਪੀਂਦੇ ਬੱਚੇ ਨੇ। ਅੱਛਾ, ਫਿਰ ਪੁਲਿਸ ਨੂੰ ਮੰਗਵਾ ਲਈਏ ਇੱਥੇ ਜਾਂ ਥਾਣੇ ਜਾਣਾ? ਰਾਣੇ ਬਾਈ, ਬਾਈ ਬਚਾ ਲਾ ਯਾਰ ਸਾਨੂੰ। ਕਿਉਂ, ਭੂਆ ਦਾ ਪੁੱਤ ਲੱਗਦਾ? ਬਾਈ ਮੈਂ ਬਹੁਤ ਗਰੀਬ ਘਰ ਤੋਂ, ਬਹੁਤ ਅਹਿਸਾਨ ਹੋਊ ਤੇਰਾ, ਬਚਾ ਲਾ ਯਾਰ ਪਲੀਜ਼। ਹਾਏ ਹਾਏ, ਹਾਏ ਹਾਏ, ਹਾਏ ਹਾਏ। ਵੈਸੇ ਪੁਲਿਸ ਨਾਲ ਪੰਗਾ ਵੀ ਤੁਸੀਂ ਤਗੜਾ ਹੀ ਲਿਆ। ਕਿਉਂ ਇੰਟਰਨੈਟ, ਤੈਨੂੰ ਨੀ ਚਾਹੀਦੀ ਮਾਫੀ? ਚਾਹੀਦੀ ਹੈ ਜੀ, ਮੈਂ ਤਾਂ ਇਹਨਾਂ ਨੂੰ ਬਹੁਤ ਸਮਝਾਇਆ ਸੀ ਵੀ ਰਾਣੇ ਬਾਈ ਨਾਲ ਨਾ ਲਓ ਪੰਗਾ, ਵੀ ਉਹਦੀ ਪਹੁੰਚ ਬੜੀ ਉੱਪਰ ਤੱਕ ਹੈ। ਹੁਣ ਵੀ ਮੈਂ ਹੀ ਲੈ ਕੇ ਆਇਆ ਇਹਨਾਂ ਨੂੰ ਇੱਥੇ। ਓ ਤੇਰੀ ਧੌਣ ਚ ਕਿੱਲਾ ਫਸਿਆ, ਤੂੰ ਨੀ ਮਾਫੀ ਮੰਗਣੀ? ਮੇਰੇ ਕੋਲੋਂ ਪੈਰ ਫੜਾ ਕੇ ਤੇਰਾ ਕੀ ਫਾਇਦਾ? ਪਰ ਹਾਂ, ਆਪਾਂ ਇੱਕ ਸੌਦਾ ਕਰ ਸਕਦੇ ਹਾਂ ਜਿਸ ਵਿੱਚ ਆਪਣਾ ਸਾਰਿਆਂ ਦਾ ਫਾਇਦਾ ਹੋ ਜੂ। ਸੌਦਾ? ਦੇਖ ਰਾਣੇ, ਪੈਸੇ ਦੇ ਜ਼ੋਰ ਦੀ ਤਾਕਤ ਤੇ ਤਾਂ ਤੂੰ ਭੱਜ ਗਿਆ, ਪਰ ਬਦਨਾਮੀ ਦਾ ਦਾਗ ਤਾਂ ਤੁਹਾਡੇ ਤੇ ਲੱਗ ਗਿਆ ਨਾ। ਹਾਂ, ਪਰ ਜੇ ਤੂੰ ਚਾਹੁੰਦਾ ਤੇ ਇਹ ਦਾਗ ਤੇ ਬਦਨਾਮੀ ਵਾਲੀ ਚਾਦਰ ਆਪਾਂ ਕਿਸੇ ਹੋਰ ਦੀ ਗੱਲ ਪਾ ਸਕਦੇ ਹਾਂ। ਉਹ ਕਿਵੇਂ? ਇਹ ਗੱਲ ਤੇ ਮੈਂ ਤੇਰੇ ਬਾਪ ਤੇ ਉਸਦੇ ਬਾਪ ਬਾਬਾ ਪ੍ਰੇਮਾਨੰਦ ਨੂੰ ਹੀ ਦੱਸੂੰਗਾ। ਇੱਕ ਮਿੰਟ, ਇੱਕ ਮਿੰਟ ਬਾਬਾ ਜੀ, ਮੈਂ ਬਹੁਤ ਪਰੇਸ਼ਾਨ ਹਾਂ, ਮੇਰਾ ਕਿਸੇ ਕੰਮ ਵਿੱਚ ਜੀ ਨਹੀਂ ਲੱਗਦਾ, ਪਲੀਜ਼ ਕੋਈ ਉਪਾਅ ਦੱਸ ਦਿਓ। ਕਾਕਾ ਤੂੰ ਸੰਤਰਾ ਖਾਂਦਾ? ਹਾਂਜੀ ਬਾਬਾ ਜੀ, ਹਫ਼ਤੇ 'ਚ ਇੱਕ ਵਾਰੀ ਖਾ ਲੈਣਾ ਜੀ। ਤੇ ਇੰਜ ਕਰ, ਹਾਂਜੀ ਬਾਬਾ ਜੀ, ਹੁਣ ਤੂੰ 7 ਦਿਨ ਹਾਂਜੀ ਸੰਤਰੇ ਦੀਆਂ 7 ਫਾੜੀਆਂ ਹਰ ਰੋਜ਼ ਖਾ। ਠੀਕ ਹੈ ਬਾਬਾ ਜੀ, ਧਿਆਨ ਲੱਗ ਜਾਏਗਾ। ਜਿਵੇਂ ਤੁਸੀਂ ਕਹੋ ਬਾਬਾ ਜੀ। ਓ ਮਰਿੰਗ ਸ਼੍ਰੀ ਪੁਰਸ਼ੋਤਮਾਏ ਨਮਾ। ਬਾਬਾ ਜੀ। ਸਤਿ ਸ਼੍ਰੀ ਅਕਾਲ ਬਾਬਾ ਜੀ। ਹੁਣ ਤੁਸੀਂ ਚਾਹੁੰਦੇ ਕੀ ਹੋ? ਬਾਬਾ ਜੀ, ਤੁਹਾਡੇ ਚਰਨਾਂ 'ਚ ਇਹੀ ਬੇਨਤੀ ਹੈ ਕਿ ਤੁਸੀਂ ਮੇਰੀ ਤੇ ਮੇਰੇ ਦੋਸਤਾਂ ਦੀ ਜਾਨ ਬਚਾ ਲਓ, ਪਲੀਜ਼। ਇਹਦੇ 'ਚ ਸਾਡਾ ਕੀ ਫਾਇਦਾ ਹੋਏਗਾ? ਬਾਬਾ ਜੀ, ਜੇ ਤੁਸੀਂ ਸਾਡੀ ਜਾਨ ਬਚਾਉਣ ਦਾ ਵਾਅਦਾ ਕਰਦੇ ਹੋ ਤਾਂ ਅਸੀਂ ਸਾਰੇ ਜਾਣੇ ਸਰੈਂਡਰ ਕਰਨ ਨੂੰ ਤਿਆਰ ਹਾਂ। ਯਾਰ, ਕੀ ਤੁਸੀਂ ਆਪਣੇ ਬੱਚਿਆਂ ਵਾਂਗੂ ਰੋਣੇ ਰੋ ਜਾਂਦੇ? ਜਿਹੜੀ ਤੁਸੀਂ ਮੈਨੂੰ ਗੱਲ ਕਹੀ ਸੀ ਆਪਣੇ ਉਹ ਚਾਦਰ ਛੱਟੀ ਹੋ, ਠੀਕ ਕਹਿੰਦੇ ਸੀ ਦਾਗ, ਗੱਲ ਕਰੋ ਨਾ ਤੁਸੀਂ। ਬਾਬਾ ਜੀ, ਸਾਡੀ ਸਾਰਿਆਂ ਦੀ ਜਾਨ ਬਚਾਉਣ ਦੇ ਬਦਲੇ ਅਸੀਂ ਇਹ ਬਿਆਨ ਦੇਵਾਂਗੇ ਕਿ ਓਪੋਜੀਸ਼ਨ ਪਾਰਟੀ ਦੇ ਕਹਿਣ ਤੇ ਅਸੀਂ ਇਸ ਪਵਿੱਤਰ ਆਸ਼ਰਮ ਨੂੰ ਬਦਨਾਮ ਕੀਤਾ। ਅੰਦਰ ਲੈ ਕੇ ਜਾ ਇਹਨਾਂ ਨੂੰ, ਮੈਂ ਥੋੜੀ ਦੇਰ ਨੂੰ ਆਉਣਾ। ਵੈਸੇ ਨਾ ਤੁਸੀਂ ਤਿੰਨਾਂ ਨੇ ਸਾਨੂੰ ਸਤਾਇਆ ਬਹੁਤ ਆ, ਦਿਲ ਕਰਦਾ ਤੁਹਾਨੂੰ ਤਿੰਨਾਂ ਨੂੰ ਗੋਲੀ ਮਾਰਦਿਆਂ, ਪਰ ਛੱਡੋ ਬਾਈ। ਆ ਜੋਲੀ ਨੇ ਨਾ ਜਦੋਂ ਕੁੜੀ ਨੂੰ ਬਚਾ ਰਿਹਾ ਸੀ ਇਹੀ ਜੀ ਲੱਤ ਮਾਈ ਨਾ ਮੇਰੇ ਜੀ ਕਰਦੇ ਤੇ। ਓਏ ਬਸ ਚੁੱਪ ਕਰ ਜਾ, ਮੈਨੂੰ ਉਹ ਕੁੜੀ ਦੀ ਯਾਦ ਨਾ ਦਵਾ। ਅਜੇ ਤੱਕ ਉਸ ਕੁੜੀ ਦੀ ਖੁਸ਼ਬੂ ਮੇਰੇ ਦਿਮਾਗ 'ਚ ਆ, ਉਹਦੀਆਂ ਆਵਾਜ਼ਾਂ ਮੇਰੇ ਕੰਨਾਂ 'ਚ ਗੂੰਜਦੀਆਂ ਨੇ।
ਬਾਈ ਅਸਲੀ ਆਵਾਜ਼ ਤਾਂ ਉਦੋਂ ਸੁਣਨ ਵਾਲੀ ਸੀ ਜਦੋਂ ਉਹਨੂੰ ਮੈਂ ਛੱਤ ਤੋਂ ਥੱਲੇ ਸੁੱਟਿਆ। ਸਵਾਦ ਆ ਗਿਆ। ਤੂੰ ਤੂੰ ਤਾਂ ਜਾਣਦਾ ਨਾ ਸਾਰਾ ਕੁਛ। ਬੜੇ ਪਿਆਰ ਦੇ ਨਾਲ ਚੱਕਿਆ ਮੈਂ ਉਹਨੂੰ ਆਪਣੇ ਹੱਥਾਂ ਦੇ ਵਿੱਚ। ਸਵਾਦ ਆ ਗਿਆ, ਸਵਾਦ ਬੜੀ ਗੋਰੀ ਸੀ, ਬੜੀ ਨਰਮ। ਤੂੰ ਤੂੰ ਤੇ ਆਪਣੀਆਂ ਅੱਖਾਂ ਨਾਲ ਦੇਖ ਰਹੇ ਸੀ ਨਾ ਕਰਕੇ। ਹੈ ਸਵਾਦ ਵੈਸੇ ਤੈਨੂੰ ਵੀ ਬਹੁਤ ਆ ਰਿਹਾ ਹੋਣਾ ਹੈ ਨਾ। ਤੂੰ ਤੂੰ ਤੇ ਉੱਥੇ ਹੈ ਹੀ ਨਹੀਂ ਸੀ, ਪਰ ਜੇ ਹੁੰਦਾ ਨਾ, ਸੱਚੀ ਗੱਲ ਆ, ਤੂੰ ਵੀਡੀਓ ਬਣਾਉਣੀ ਸੀ ਔਰ ਜ਼ਿਆਦਾ ਤੂੰ ਤੇ ਵੀਡੀਓ ਬੜੀ ਸੋਹਣੀ ਬਣਾਉਣਾ ਹੈ ਨਾ। ਇੰਨੀ ਕੈਂਟ ਸੀ ਨਾ ਕੁਝ ਕੁਝ ਕੁਝ। ਹਾਏ 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 ਹਾਏ, ਦੇਖ ਦੇਖਦਾ ਕਿਵੇਂ ਤੇਰੀ ਅੱਖਾਂ ਦੇਖ, ਇਹਨਾਂ ਅੱਖਾਂ ਨਾਲ ਤੂੰ ਨਜ਼ਾਰਾ ਦੇਖਿਆ ਹੁੰਦਾ ਨਾ, ਸਵਾਦ ਆ ਜਾਂਦਾ ਪਾਪਾ ਸਵਾਦ। ਸਵਾਦ ਆ ਗਿਆ ਵਾਪਿਸ, ਕਿਆ ਮੂਮੈਂਟ ਸੀ। ਜੋ ਤੁਸੀਂ ਕੀਤਾ ਉਹਦਾ ਫਲ ਤਾਂ ਤੁਹਾਨੂੰ ਭੁਗਤਨਾ ਹੀ ਪੈਣਾ। ਇਹ ਪ੍ਰਵਚਨ ਇਸ ਕਿਤਾਬ ਚ ਲਿਖੇ ਆ। ਹਾਂ, ਇਹ ਜਿਹੀ ਕੁਝ ਸਮਝ। ਇਹ ਕਿਹੜੇ ਮੇਲੇ ਤੋਂ ਲੈ ਕੇ ਆ ਬੱਚਿਆਂ ਦਾ ਕਰਾਉਣਾ ਮੈਨੂੰ ਡਰਾਉਣ ਲਈ? ਓਏ ਡਰਾ ਨਹੀਂ ਰਿਹਾ ਮੈਂ ਤੈਨੂੰ, ਸਿਰਫ ਚੇਤਾਵਨੀ ਦੇ ਰਿਹਾ। ਜੇ ਤੁਹਾਡੇ ਦੋਨਾਂ ਚੋਂ ਕੋਈ ਹਿੱਲਿਆ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਊਗਾ। ਜੇ ਗੱਲ ਰਾਜਨੀਤੀ ਤੱਕ ਹੀ ਰਹਿੰਦੀ ਤਦ ਤੱਕ ਠੀਕ ਸੀ, ਪਰ ਤੁਸੀਂ ਇਹ ਛੋਟੇ ਜਿਹੇ ਕੇਸ ਵਿੱਚ ਆਸਿਫ ਦਾ ਨਾਂ ਕਸੀਰ ਕੇ ਚੰਗਾ ਨਹੀਂ ਕੀਤਾ। ਉਹ ਤੁਸੀਂ ਕੀ ਸਮਝਦੇ ਹੋ, ਮੈਨੂੰ 40 ਸਾਲ ਲੱਗੇ ਆਸ਼ਰਮ ਬਣਾਉਣ ਨੂੰ, ਔਰ ਤੁਸੀਂ ਕੀ ਸਮਝਦੇ ਹੋ ਕਿ ਮੈਂ 40 ਸਾਲਾਂ ਵਿੱਚ ਕੁਛ ਨਹੀਂ ਕੀਤਾ ਹੈ? ਔਰ ਮੈਂ ਕਈ ਰੇਪ ਤੇ ਕਈ ਕਤਲ ਕੀਤੇ ਔਰ ਕਈ ਕਤਲ ਕਰਵਾਏ, ਪਰ ਕਿਸੇ ਨੂੰ ਖਬਰ ਤੱਕ ਨਹੀਂ ਹੋਈ। ਔਰ ਤੁਸੀਂ ਚੀਜ਼ ਹੀ ਕੀ ਹੋ ਬਾਬਾ ਜੀ? ਉਹ ਕੀ ਬਾਬਾ ਬਾਬਾ ਲਗਾ ਰੱਖਿਆ ਹੈ? ਦੇਖੋ ਤੁਹਾਡੇ ਕੋਲ ਸਿਰਫ ਇੱਕੋ ਹੀ ਰਸਤਾ, ਹੁਣ ਕੱਲ ਆਸ਼ਰਮ ਦਾ ਸਲਾਨਾ ਸਤਸੰਗ ਹੈ, ਉੱਥੇ ਆ ਕੇ ਤੁਸੀਂ ਮੇਰੇ ਪੈਰਾਂ 'ਚ ਗਿਰੋਗੇ ਤੇ ਮੇਰੇ ਕੋਲ ਮਾਫੀ ਮੰਗੋਗੇ, ਔਰ ਮੇਰੇ ਉੱਤੇ ਸਾਰੇ ਲਾਏ ਹੋਏ ਇਲਜ਼ਾਮ ਆਪਣੇ ਉੱਤੇ ਲੈ ਲਓ। ਬੜੀ ਛੇਤੀ ਡਰ ਗਏ, ਅਸੀਂ ਤਾਂ ਆਪਣੀ ਜਾਨ ਤਲੀ ਤੇ ਧਰ ਕੇ ਆਏ, ਕਿਆ ਇਹਨਾਂ ਨੂੰ ਗੰਨ ਥੱਲੇ ਕਰ, ਨਹੀਂ ਤਾਂ ਖੋਪੜੀ ਦੀਆਂ ਫਾੜੀਆਂ ਕਰ ਦੂੰ। ਉਹ ਗੰਨਾ ਸੁੱਟ ਦਿਓ, ਗੰਨਾ ਸੁੱਟੋ, ਲੈਣ ਚ ਲੱਗ ਜਾਓ। ਓਏ ਹੱਥ ਉੱਤੇ, ਹੱਥ ਉੱਤੇ ਬਾਬਾ ਜੀ, ਚੱਲੀਏ ਸ਼ਾਂਤੀ ਮਹਾਰਾਜ ਸ਼ਾਂਤੀ। ਕਿਉਂ ਮੈਂ ਬੱਚੇ ਤੇ ਔਖੇ ਹੋਈ ਜਾਂਦੇ ਹੋ? ਉਹ ਦੁੱਧ ਧੋਤੇ ਤੁਸੀਂ ਵੀ ਨਹੀਂ, ਥੋੜੀ ਵੀ ਪੂਰੀ ਫੀਚਰ ਫਿਲਮ ਛਪੀ ਹੋਈ ਹੈ ਇਹਦੇ ਚ। ਆ ਚੱਕ। ਉਹ ਮੈਂ ਕਈ ਰੇਪ ਤੇ ਕਈ ਕਤਲ ਕੀਤੇ ਕਈ ਕਤਲ ਕਰਵਾਏ, ਪਰ ਕਿਸੇ ਦੀ ਖਬਰ ਤੱਕ ਨਹੀਂ ਹੋਈ। ਦਿਖਾ ਦੇ ਇਹਨਾਂ ਦੀ ਔਕਾਤ ਦੁਨੀਆ ਨੂੰ, ਪਾ ਦੇ YouTube ਤੇ Facebook ਤੇ, ਉਦੋਂ ਤੱਕ ਮੈਂ ਤੇ GD ਕਰਦੇ ਆ ਇਹਨਾਂ ਦੀ ਸੇਵਾ। ਮਾਰੋ
मारो सड़े दे दब दब के। सोली ते टंग देना चाहिदा है, इन्हां नूं तो मार ही देना चाहिदा। ओ मैं कई रेप ते कई कत्ल कीते और कई कत्ल करवाए पर किसी नूं खबर तक नहीं होई। और तुसीं चीज ही की हो? बीते दिनी होए सिमरन रेप ते आत्म हत्या दे केस दे विच एक बहुत वड्डी खबर सामने आई है। सिमरन दे दोस्तां दे द्वारा किते गए स्टिंग ऑपरेशन दे विच कुंवर सिंह राणा ने आप कबूल किया है कि सिमरन दा रेप उसने ही किया सी। ऐना ही नहीं, सिमरन दा कतल भी ओना नहीं करवाया सी। ते दूजी वड्डी खबर ए है कि डेरा प्रेमानंद दे मुखी बाबा प्रेमानंद दा भी असली चेहरा सिमरन दे दोस्तां ने सामने लियांदा। उन्हां दा आगाज, सफर ते अंजाम मैं तुहानूं दस दित्ता। हुण ए फैसला तुसी लो कि ओ सही सी या गलत। वेख रही है तेरे दोस्तां कारण की कुछ हो रहा है? हाँ, मैं तो उदों भी चुप करके देख रही सी जदों उन्हां दे नाल बेइंसाफी हो रही सी, ते सब कुछ जानदे होए भी कोई कुछ नहीं कर रहा सी। वेख कीरत, मैनूं पता है तू उन्हां दा ठिकाना जानदी है, ते जो नुकसान हो रहा है ये रोक सकदी है। ते जो नुकसान हो चुक्या है ते हो सकदा है, उसदा की? उन्हां दी सच्चाई तां सामने आ ही चुकी है। ਇਹ ਜੇ ਹਾਲਾਤਾਂ ਚ ਜੇ ਉਹ ਸਾਹਮਣੇ ਨਾ ਆਉਣ, ਪੁਲਿਸ ਤੇ ਕਾਨੂੰਨ ਤਾਂ ਉਹਨਾਂ ਨੂੰ ਹੀ ਮੁਜਰਮ ਸਮਝੇਗਾ ਨਾ। ਹਲੇ ਵੀ ਕਿਉਂ ਪਾਪਾ, ਇੰਟਰਨੈਟ ਤੇ ਟੀਵੀ ਤੇ ਰਾਣੇ ਤੇ ਬਾਬੇ ਦੀ ਸਾਰੀ ਅਸਲੀਅਤ ਮੇਰੇ ਦੋਸਤ ਸਭ ਦੇ ਸਾਹਮਣੇ ਲੈ ਕੇ ਆਏ ਨੇ, ਤੇ ਹੁਣ ਵੀ ਕਾਨੂੰਨ ਉਹਨਾਂ ਨੂੰ ਹੀ ਮੁਜਰਮ ਸਮਝੇਗਾ? ਅੱਜ ਮੈਨੂੰ ਸ਼ਰਮ ਆ ਰਹੀ ਹੈ ਕਿ ਮੈਂ SSP ਬਰਾੜ ਦੀ ਬੇਟੀ ਹਾਂ ਜੋ ਸਾਰੀ ਸੱਚਾਈ ਨੂੰ ਜਾਣਦੇ ਹੋਏ ਸਮਝਦੇ ਹੋਏ ਵੀ ਕੁਛ ਨਹੀਂ ਕਰ ਰਿਹਾ। ਕਿਰਤ, ਮੈਂ ਤੇਰੀ ਹਰ ਗੱਲ ਨਾਲ ਸਹਿਮਤ ਹਾਂ, ਤੇਰੇ ਦੋਸਤਾਂ ਦੀ ਸੱਚਾਈ ਵੀ ਮੇਰੇ ਸਾਹਮਣੇ, ਮੈਂ ਤਾਂ ਖੁਦ ਉਹਨਾਂ ਦੀ ਮਦਦ ਕਰਨਾ ਚਾਹੁੰਦਾ ਪਰ ਕਾਨੂੰਨ ਦੇ ਦਾਇਰੇ ਚ ਰਹਿ ਕੇ। ਪਰ ਉਹਨਾਂ ਲਈ ਕੁਝ ਤਾਂ ਹੀ ਕਰ ਸਕਾਂਗਾ ਨਾ ਜੇ ਮੈਨੂੰ ਪਤਾ ਹੋਵੇ ਉਹ ਹੈ ਕਿੱਥੇ, ਤੇ ਇਹ ਸਿਰਫ ਤੂੰ ਮੈਨੂੰ ਦੱਸ ਸਕਦੀ। ਵੇਖ ਬੇਟਾ, ਜੇ ਤੂੰ ਉਹਨਾਂ ਦੀ ਸਲਾਮਤੀ ਚਾਹੁੰਦੀ ਹੈ ਤਾਂ ਪਲੀਜ਼ ਮੈਨੂੰ ਦੱਸ ਦੇ। ਗੱਲ ਸੁਣੋ ਮੁੰਡਿਓ, ਮੈਂ SSP ਜੈ ਸਿੰਘ ਬਰਾੜ ਬੋਲ ਰਿਹਾ। ਤੁਸੀਂ ਜੋ ਵੀ ਸਾਬਤ ਕਰਨਾ ਚਾਹੁੰਦੇ ਸੀ ਉਹ ਹੋ ਚੁੱਕਿਆ ਹੈ, ਸਾਰੀ ਸੱਚਾਈ ਸਾਹਮਣੇ ਆ ਚੁੱਕੀ ਹੈ। ਹੁਣ ਤੁਹਾਡੀ ਬੇਨਤੀ ਇਸੇ ਕੰਮ ਵਿੱਚ ਹੈ, ਬਾਬੇ ਪ੍ਰੇਮਾਨੰਦ ਨੂੰ ਤੇ ਕਮਲ ਰਾਣੇ ਨੂੰ ਛੱਡ ਦਿਓ ਤੇ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿਓ। ਮੈਂ ਤੁਹਾਨੂੰ ਯਕੀਨ ਦਵਾਉਣਾ ਕਿਸੇ ਦੇ ਨਾਲ ਕੋਈ ਬੇਇਨਸਾਫੀ ਨਹੀਂ ਹੋਏਗੀ, ਮੁਕੰਮਲ ਇਨਸਾਫ ਮਿਲੇਗਾ ਤੁਹਾਨੂੰ ਸਾਰਿਆਂ ਨੂੰ। ਓਏ SSP ਸਰ, ਭਾਸ਼ਣ ਦੇਣਾ ਬੰਦ ਕਰ, ਕੋਈ ਐਕਸ਼ਨ ਲੈ। ਸਰ, ਮੈਂ ਇੱਕ ਵਾਰ ਫੇਰ ਕਹਿਣਾ, ਆਪਣੇ ਸਿਰਾਂ ਤੇ ਹੱਥ ਰੱਖ ਕੇ ਬਾਹਰ ਆ ਜਾਓ। ਕੋਈ ਨਹੀਂ ਆਇਆ, ਐਵੇਂ ਕਿਸੇ ਨੇ ਬਾਹਰ ਨਹੀਂ ਆਉਣਾ, ਗੋਲੀ ਚਲਾ। ਮੈਂ ਇੱਕ ਵਾਰ ਫੇਰ ਕਹਿਣਾ, ਮੇਰੇ ਪੰਜ ਗਿਣਦੇ ਗਿਣਦੇ ਬਾਹਰ ਆ ਜਾਓ, ਨਹੀਂ ਤੇ ਮਜਬੂਰਨ ਮੈਨੂੰ ਸਿਚੁਏਸ਼ਨ ਕਮਾਂਡੋਸ ਦੇ ਹੱਥ ਦੀ ਨਹੀਂ ਪਏਗੀ। ਸਾਡੀ ਤਾਕਤ ਦਾ ਪਤਾ? ਓਏ ਸਰਕਾਰ ਮੇਰੇ ਬਾਪੂ ਦੀ ਆ, ਸਿਸਟਮ ਵੀ ਸਾਡਾ ਤੇ ਸਰਕਾਰ ਵੀ ਸਾਡੀ। ਬਾਹਰ ਜਾ ਕੇ ਦੇਖੋ, ਦੇਖੋ ਜਰਾ ਦੇਖੋ, ਸਾਡੀ ਸਟੇਜ ਵਿੱਚ ਅੱਗ ਲਗਾ ਰੱਖੀ ਹੈ ਮੇਰੇ ਭਗਤਾਂ ਨੇ। ਤੁਸੀਂ ਬਿਲਕੁਲ ਇਕੱਲੇ ਹੋ, ਤੁਸੀਂ ਕੁਝ ਨਹੀਂ ਕਰ ਸਕਦੇ। ਯਾਰੋ ਤੁਹਾਡੀ ਸੋਚ ਤੇ, ਯਾਰੋ ਤੁਹਾਡੀ ਸੋਚ ਤੇ, ਯਾਰੋ ਤੁਹਾਡੀ ਸੋਚ ਤੇ। ਕਿਰਤ, ਜੇ ਤੁਸੀਂ ਗੋਲੀ ਚਲਾਣੀ ਹੈ ਤੇ ਸਭ ਤੋਂ ਪਹਿਲਾਂ ਸਾਡੇ ਤੇ ਗੋਲੀ ਚਲਾਣੀ ਪਏਗੀ। ਵੇਖੋ, ਜੇ ਤੁਸੀਂ ਸਾਹਮਣੇ ਨਾ ਹਟੇ ਤਾਂ ਸਾਨੂੰ ਮਜਬੂਰਨ ਸਖਤ ਕਦਮ ਉਠਾਉਣਾ ਪਏਗਾ। ਸਾਨੂੰ ਕਿਸੇ ਚੀਜ਼ ਦਾ ਖੌਫ ਨਹੀਂ, ਅਸੀਂ ਸਿਰ ਤੇ ਕਫਨ ਬਣ ਕੇ ਆਏ ਆ। SSP ਦੇਖ ਕੀ ਰਿਹਾ, ਗੋਲੀ ਚਲਾ, ਗੋਲੀ ਚਲਦੇ ਭੱਜਣੇ ਸਾਰੇ,
मैं नहीं मानना तू तो। होम मिनिस्टर गल करनी पाऊ तेरा तबादला करवाना पाऊ। गिल साहब स्टूडेंट्स ते काबू पान वास्ते गोली चलाना न्याय जरूरी है। समझाओ जरा इनू। आला कर कर खेती कर। सर देखो एसएसपी बराड़ जिम्मे मिनिस्टर साहब कहते हैं मैं करूं इन्हों तुसी मेरे हुक्म समझो। सर मेरे सामने कोई मुजरम नहीं खड़ा कॉलेज दे स्टूडेंट खड़े ने ते मिनिस्टर साहब उन्हां लई कह रहे के गोली चलाओ। देखो बाबा जी ते मिनिस्टर साहब दे बेटे नूं जे कुछ हुंदा है ता इस गल दे जिम्मेवार तुसी खुद होवोगे जो करना छेती करो समझे। लाठी चार्ज बंद करो असी अपने आप नूं पुलिस दे हवाले करन लई तैयार हां। अपने अपने हथियार थल्ले रख दियो ते हाथ उत्ते करके खड़े हो जाओ। बाबा जी तुसी तो मेरे भगत हो मैनू बचा लो इन्हां कोलों मैनू बचा लो मैं तुहाडे सारिआं दा मोतियां नाल भर देंगा मालामाल कर देंगा तुहानू मैं तुहानू सारिआं नूं आशीर्वाद देंगा। की लगा तुहानू तुसी जित गए इस केस लई वधिया वकील करूं टॉप दा कैंट सिर ला दूं। ओम हरिक श्री पुरशोत भाई नमा ओम हरिक श्री पुरशोत भाई नमा। मेरे बापू नूं तुसी जानदे ही हो सबूतां दियां धज्जियां उड़ा दू धज्जियां जिवें कबूतरबाजी च कबूतर उड़ाई देने ना। ओ बस कर बाबिया लोकां नूं किन्ना मूर्ख बनाएगा ओए ओ तेरे बारे असीं सब कुछ जान चुके आ। ओ मोजा पुलणियां नहीं जो बापू दे सिर ते करियां हुण कहो हाय 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 हाय। ਹੁਣ ਕੱਲੇ ਕਬੂਤਰ ਨਹੀਂ ਤੋਤੇ ਵੀ ਉਡਾਵਾਂਗੇ। ਮੇਰੇ ਮੁੰਡੇ ਨੂੰ ਲਿਜਾ ਰਹੇ ਨੇ ਤੂੰ ਖੜਾ ਖੜਾ ਇੱਥੇ ਤਮਾਸ਼ਾ ਦੇਖ ਰਿਹਾ ਗੋਲੀ ਚਲਾ
साले हो कला कला हो कला कला फिर उस वाद जॉली कोई अपनी जगह तो हिलिया था नहीं तो गोली मार देंगा। जे अज जूंदा बच गया ना तो पता नहीं होर किन्नी सिमरन वर्गिया कुड़ियों की जिंदगी तबाह करूं। कारे दी कहानी नू खत्म। एसएसपी साहब मैं किता बलात्कार मैनू रस करो सिमरन दा बलात्कार मैं किता मेरे पिता इन्हें अपना गुनाह कबूल कर लिया हुण इहनू छड्ड दिओ कानून नू अपने हाथ च ना लो मैं वादा करदा इहदे कीते दी सजा मैं इहनू जरूर दुआवांगा। प्लीज इन्हें छोड़ दो पापा तुम्हारी हर तरह नाल मदद करने नहीं तैयार ने। मैं अपनी एक बहुत प्यारी दोस्त गुवा चुकी हूँ मैं अपने और दोस्त नहीं गुवाना चाहती प्लीज छोड़ दो इन्हें प्लीज छोड़ दो हाय 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 एसएसपी साहब मैनू करो गिरफ्तार मैं कितना रेप मैनू ना तो बचाओ एसएसपी साहब मैनू करो गिरफ्तार चले मार देंगे मैनू करो गिरफ्तार सारे सबूतां ते गवाहां नूं मद्देनजर रखदे होए ए अदालत जरनैल सिंह जौली ते दीप सिंह ढिल्लों नूं दफा 120B 323 341 357 ते 365 दे तहत दोषी करार दिंदी है ते सारी परिस्थिति नूं ध्यान च रखदे होए 6 महीने दी सजा सुनांदी है। तुहाडे नाल मैं वादा करदा कि जिंदगी च इक दिन इहो जिहा काम जरूर करूंगा कि तुसीं सर उठा के फकर ना कह सकदे हो कि गैरी तुहाडा पुत्तर है।